जस पंजाबी देखते हुए सारे दर्शकों मेरे वालों प्यार भरी सत श्री अकाल तुहाडा स्वागत साढ़े इस खास प्रोग्राम दे विच। मैनूं बहुत खुशी हो रही है कि एक बारी फिर तुहाडे नाल हर संडे शाम 8:30 ईस्टर्न ए प्रोग्राम आपां पेश करांगे। कलगीधर ट्रस्ट बड़ू साहब अकाल अकैडमी संस्था दे नाल वख वख उहनां दे इनिशिएटिव्स किस तरह पंजाब नूं अपलिफ्ट करन दी मैं कहांगी पूरे नॉर्दर्न इंडिया दे विच जो प्रोग्राम्स इंप्लीमेंट किए जा रहे इस संस्था के राही किस तरह वो इंपैक्ट कर रहे पॉजिटिव चेंज लैके आ रहे हैं पंजाब दे विच ते आले दुआले एरियाज दे विच उन्हां दी गल करांगे ते किस तरह तुसी सपोर्ट कर सकते हो इस संस्था नू एंड ओन इनिशिएटिव्स नू जो कि प्रोग्रेस लैके आ रहे है एजुकेशन लैके आ रहे है डी एडिक्शन का काम कर रहे है अमंग अदर थिंग्स। सो मैनू बहुत खुशी हो रही है वंस अगेन एक बारी फिर ये प्रोग्राम की सीरीज शुरू करके ते अज साढ़े इस स्प्रिंग किक ऑफ कैंपेन दे विच साडे पहले प्रोग्राम दे विच साडे नाल गेस्ट जुड़े हन। वंस अगेन आई'd लाइक टू वेलकम एवरीवन सारयां दा स्वागत इस प्रोग्राम दे विच। सब तो पहले सारयां नूं वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। मैं रियली क्विकली साडे पैनल दी इंट्रोडक्शन करना चाहवांगी साडे दर्शकां लई। आई'ल स्टार्ट फ्रॉम द बिगिनिंग। सब तो पहले साडे नाल जुड़े हन जसी मान जी डैलस टेक्सस तो जो कि बहुत ही पुराने समय तो बहुत ही वड्डे लैवल ते इस संस्था दे डोनर रह चुके सपोर्टर हन एक्टिव पार्टिसिपेंट हन कि किस तरह यूनीक इनिशिएटिव्स दे नाल संस्था दी सपोर्ट हो सकदी है ते आप भी बहुत वड्डे लैवल ते सपोर्ट करदे। जसी मान जी वेलकम टू द प्रोग्राम अगैन। हमेशा तुहाडे नाल गल करके बहुत सानू खुशी हुंदी है बहुत सीखण नू मिलदा है ते तुहाडे नाल सानू जॉइन कर रहे हरप्रीत सिंह जी सैन एंटोनियो टेक्सस तो जो कि ना कि जैसी जी तुहाडे परिवारिक तौर पर तुहाडे नाल जुड़े हैं बिजनेस तौर पर यूर बिजनेसमैन फ्रॉम सैन एंटोनियो बहुत पुराने समय तो तुसी उत्थे भी सैटल्ड हो एंड यूर थ्राइविंग पर तुसी संस्था दे नाल भी इनवॉल्वड हो एंड यू नो तुहाडी एक मैं कहांगी एक यूनीक तरह की सपोर्ट के बारे अज ਆਪਾਂ ਥੋੜ੍ਹੀ ਜਿਹੀ ਹੋਰ ਗੱਲ ਕਰਾਂਗੇ ਬਿਕੋਜ਼ ਦਿਸ ਇਜ਼ ਅ ਵੈਰੀ ਇੰਟਰਸਟਿੰਗ ਵੇ ਕਿਸ ਤਰ੍ਹਾਂ ਤੁਸੀਂ ਸੰਸਥਾ ਦੀ ਸਪੋਰਟ ਕਰ ਰਹੇ ਹੋ ਲੈਂਡ ਨੂੰ ਡੋਨੇਟ ਕਰਕੇ ਤੁਸੀਂ ਸੰਸਥਾ ਨੂੰ ਆਪਣਾ ਲੈਂਡ ਆਪਣੀ ਜ਼ਮੀਨ ਦਿੱਤੀ ਵਿਚ ਇਜ਼ ਅ ਹਿਊਜ ਥਿੰਗ ਇੰਡੀਆ ਦੇ ਵਿੱਚ ਕਰਨੀ ਸੋ ਉਹਦੇ ਬਾਰੇ ਗੱਲ ਕਰਾਂਗੇ। ਆਫਕੋਰਸ ਇੰਡੀਆ ਤੋਂ ਸਾਡੇ ਨਾਲ ਜੁੜੇ ਹਨ ਰਵਿੰਦਰਪਾਲ ਸਿੰਘ ਕੋਹਲੀ ਜੀ ਜਿਨ੍ਹਾਂ ਨੂੰ ਬਾਬਾ ਜੀ ਪਿਆਰ ਨਾਲ ਰੂਬੀ ਜੀ ਕਹਿੰਦੇ ਹੈ ਅਤੇ ਸਾਰੇ ਆਪਾਂ ਤੁਹਾਨੂੰ ਰੂਬੀ ਜੀ ਕਹਾਂਗੇ। ਤੁਸੀਂ ਬਾਬਾ ਜੀ ਦੇ ਸਾਰੇ ਕੰਮਾਂ ਨੂੰ ਸਾਂਭਦੇ ਹੋ ਅਤੇ ਦਿੱਲੀ ਦੇ ਵਿੱਚ ਭਾਵੇਂ ਉਹ ਫਾਈਨੈਂਸ ਭਾਵੇਂ ਮੀਡੀਆ ਦਾ ਕੰਮ ਹੋਏ ਸੰਸਥਾ ਦੇ ਨਾਲ ਤੁਸੀਂ ਟਰੱਸਟੀ ਵੀ ਹੈਗੇ ਐਨ ਜਿੱਥੇ ਡਾਕਟਰ ਦਵਿੰਦਰ ਜੀ ਦੀ ਗੱਲ ਆਉਂਦੀ ਤੁਸੀਂ ਉਹਨਾਂ ਦੇ ਨਾਲ ਮੋਢੇ ਅਤੇ ਮੋਢੇ ਨਾਲ ਮਿਲਾ ਕੇ ਸੰਸਥਾ ਨੂੰ ਅੱਗੇ ਲੈ ਕੇ ਜਾ ਰਹੇ ਹੋ। ਐਂਡ ਆਫਕੋਰਸ ਰਵੀਦੀਪ ਕੌਰ ਮੁਕਤਾ ਜੀ ਕੌਣ ਤੁਹਾਨੂੰ ਨਹੀਂ ਜਾਣਦਾ ਜਿੱਥੇ ਬੜੂ ਸਾਹਿਬ ਦੀ ਗੱਲ ਆਉਂਦੀ ਹੈ ਅਤੇ ਰਵੀਦੀਪ ਕੌਰ ਮੁਕਤਾ ਜੀ ਦਾ ਨਾਮ ਹਮੇਸ਼ਾ ਯਾਦ ਕੀਤਾ ਜਾਂਦਾ। ਥੈਂਕ ਯੂ ਆਲ ਫੋਰ ਜੁਆਇਨਿੰਗ ਅਸ। ਸਭ ਤੋਂ ਪਹਿਲੇ ਆਫਕੋਰਸ ਸਾਡੇ ਜੋ ਦੋ ਗੈਸਟ ਹਨ ਉਹਨਾਂ ਨੂੰ ਮੈਂ ਜ਼ਰੂਰ ਸਵਾਗਤ ਕਰਦੀ ਹਾਂ ਜੋ ਬੜੂ ਸਾਹਿਬ ਦੀ ਟੀਮ ਹੈਗੀ ਉਹਨਾਂ ਵਿੱਚੋਂ ਰੂਬੀ ਜੀ ਮੈਂ ਤੁਹਾਨੂੰ ਦਰਖਾਸਤ ਕਰਾਂਗੀ ਕਿ ਤੁਸੀਂ ਕੁਛ ਵਰਡਸ ਕਹਿਣਾ ਚਾਹੁੰਦੇ ਸੀ ਸਾਡੇ ਗੈਸਟਸ ਬਾਰੇ ਪਲੀਜ਼ ਤੁਸੀਂ ਸ਼ੁਰੂਆਤ ਕਰੋ ਅੱਜ। ਓ ਯੈਸ ਅਸ਼ਪਿਤਾ ਜੀ ਥੈਂਕ ਯੂ ਸੋ ਮਚ ਫਾਰ ਦੀ ਓਪਰਚੁਨਿਟੀ। ਵੀ ਹੈਵ ਬੀਨ ਵਰਕਿੰਗ ਵਿਦ ਬੈਂਕ ਡੈਟਸ ਐਂਡ ਬੈਂਕ ਲੋਨਸ ਆਫ ਮੈਸਿਵ ਅਮਾਊਂਟਸ ਸਾਰਿਆਂ ਨੂੰ ਪਤਾ ਹੀ ਹੈ ਸਾਡੇ ਸ਼ਰੋਤਾਵਾਂ ਨੂੰ ਪਤਾ ਹੀ ਹੈ ਕਈ ਵਾਰ ਇਹ ਇਸ਼ੂਜ਼ ਅਸੀਂ ਪਬਲਿਕ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈਗੀ ਹੈ। ਕਰਜ਼ਾ ਬਹੁਤ ਜ਼ਿਆਦਾ ਲੈਣਾ ਪਿਆ ਸਾਨੂੰ ਅਕਾਲ ਯੂਨੀਵਰਸਿਟੀ ਗੁਰੂ ਕੀ ਕਾਸ਼ੀ ਬਣਾਉਣ ਵੇਲੇ 2013 ਤੋਂ ਲੈ ਕੇ 2015 ਤੱਕ ਯੂਨੀਵਰਸਿਟੀ ਨੂੰ ਕੰਪਲੀਟ ਕਰਨਾ ਸੀ ਬੜੇ ਸ਼ਾਰਟ ਪੀਰੀਅਡ ਦੇ ਵਿੱਚ। ਦੈਟ ਪੁਆਇੰਟ ਆਫ ਟਾਈਮ ਅਸੀਂ 121 ਕਰੋੜ ਤੱਕ ਦਾ ਕਰਜ਼ਾ ਲਿਆ ਸੀ ਬੈਂਕ ਤੋਂ। ਪਹਿਲੀ ਗੱਲ ਤੇ ਥੈਂਕਸ ਟੂ ਆਲ ਮਾਈਟੀ ਕਿ ਦ ਬੈਂਕਸ ਫਾਊਂਡ ਅਸ ਫਿਟ ਇਨਫ ਟੂ ਲੈਂਡ ਅਸ ਸੱਚ ਅਮਾਊਂਟਸ ਤੇ ਓਵਰ ਦ ਪੀਰੀਅਡ ਅੱਜ 2013 ਓਨਵਰਡਸ ਅਸੀਂ ਪਿਛਲੇ 8 ਸਾਲਾਂ ਦੇ ਵਿੱਚ ਕਰਜ਼ੇ ਨੂੰ ਰਿਡਿਊਸ ਕਰਦੇ ਕਰਦੇ 74.50 ਕਰੋੜਸ ਇਹਨੂੰ ਬ੍ਰਿੰਗ ਅਪ ਕੀਤਾ ਸੀ ਔਨ ਦ 31st of March 2021 ਦੈਟ ਇਜ਼ ਯੈਸਟਰਡੇ। ਇੱਕ ਸਲਾਈਡ ਮੈਂ ਦਿਖਾਉਣਾ ਚਾਹਾਂਗਾ ਜੀ। ਕੱਲ ਹੋਰ ਅੱਜ ਦੇ ਵਿੱਚ ਜੋ ਫਰਕ ਆ ਗਿਆ ਹੈ ਉਹ ਸਟ੍ਰੇਟ ਅਵੇ 5 ਕਰੋੜਸ ਦਾ ਫਰਕ ਆਇਆ ਹੈਗਾ ਐਂਡ ਵੀ ਹੈਵ ਮੈਨੇਜ ਟੂ ਵਿਦ ਦ ਬਲੈਸਿੰਗਸ ਆਫ ਆਲਮਾਈਟੀ ਵੀ ਹੈਵ ਮੈਨੇਜ ਟੂ ਪ੍ਰੀ ਪੇ ਰੁਪੀਸ 5 ਕਰੋੜਸ ਟੂ ਦ ਬੈਂਕ ਯੈਸਟਰਡੇ ਤੇ 74.50 ਕਰੋੜਸ ਤੋਂ ਹੁਣ 69.50 ਕਰੋੜਸ ਦੈਟ ਇਜ 69.50 ਕਰੋੜਸ ਸਾਡਾ ਆਊਟਸਟੈਂਡਿੰਗ ਹੈਗਾ ਬੈਂਕਸ ਦਾ। ਬ੍ਰੇਕਅਪ ਮੈਂ ਦਿੱਤਾ ਹੋਇਆ ਦੇਰ ਆਰ ਓਡੀ ਲਿਮਿਟਸ ਦੇਰ ਆਰ ਲੋਨ ਅਗੇਂਸਟ ਦ ਸੋਲਰ ਪ੍ਰੋਜੈਕਟਸ ਦੈਟ ਵੀ ਹੈਵ ਇੰਸਟਾਲਡ
and there are loan against vehicles, and State Bank of India too we have, PNB too we have, Punjab Sind Bank too we have exposure. Overall total exposure jada hai as the date stand karda hai 69.50 crores. Tuhanu instantly question mann de vich aayega ki bhai suddenly 5 crores we have prepaid and how was that possible? And Jee. This is where I would like to bring in our guests, Mr. Jesse Mann and Mr. Harpreet Singh Pattal. Jee. Thanks to both of these blessed souls, इन्होंने personal efforts करके अपने जेडे passive assets या passive lands and कुछ buildings अगेन समय थे इंडिया दे which were not actually working out any way for them or they were lying idle. They decided to donate it to the trust, and this is how we monetize those assets. Unhone trust de naate donate kar ditta, gift kar ditta. Asi further jaake inna di permission de naal uno market de vich sell out kar ditta with a condition ki asi jo vi paisa vatya hai sell out to oh paisa asi bank nu deke asi loan di prepayment karange so that the exposure comes down. Their whole intent of Mr. Jesse Mann was ki tusi exposure nu cut karo jehda 121 crore si agar oh 75 crore de aas paas aa gaya hai to nu aan wale time de vich 10 15 20 25 crore tak le jaiye ji and another idea bada noble si and hats off to these gentlemen we have been successful aur inna nu assi jadon prepayment karde ha te odi receipt jehdi hai bank da certificate hunda hai ga assi wapas bhej dende ha donor nu yes this is to certify that we have prepaid this sum of money to the bank and exposure jada loan da sada ho cut ho gaya hai ji ji this is how it has happened it's a very interesting model which he came up with and I believe it's a very very workable model and a very practical idea I'm so glad Ruby ji to see is cheez te thoda ja highlight kita Jesse Mann ji of course jinna nu nahi pata unna nu mainu khushi ho rahi hai dasde hoye I mean jithe business acumen di gall aandi I mean you have done amazing things you've built companies unna nu tusi you know you've sold them for millions and millions of dollars so jo toda business acumen tusi sansta de operations nu offer kar sakde ho I mean that's really bringing the operations you know strategic taur te it's like a corporation right it's functioning like a corporation Jesse ji main toade to zarur puchna chahangi ki jithe eh loan di gall aandi hai right because aj di date de vich jithe lokan da like households ek ek chhota chhota household suffer kar reha hai economy karke covid karke utthe inni vaddi sansthan nu operate karna inne kharche hai ge inne I mean the institution I've been there myself mainu you know fortune good fortune hoya ki main हिमाचल जाके विजिट करके आई यूनिवर्सिटी आप वेख्या कि कुछ हो रहा है टू सस्टेन दैट राइट इज नो स्मॉल टास्क स्पेशली अज की डेट के जिते लोन सर्विसिंग की गल आती है जैसी जी ये जो लैंड डोनेशन का मॉडल है यूनीक मॉडल ये बारे थोड़े ख्याल वट आर द बेनीफिट्स खास करके जिते लोनस की गल आती है जो संस्था के सिर पर कर्जा हैगा उन्होंने सर्विस करने लिए हाउ कैन पीपल हैल्प विथ देयर डोनेटेड लैंड वैल हाँ जी वाहेगुरू जी खालसा वाहेगुरू जी की फतेह जी ते सारे तुहाडे दर्शकों ते पहला तो मैं ये कहांगा कि इस संस्था के लिए असी जिनी भी सेवा कर सकी थोड़ी पैंदी है क्योंकि मैं देखता जिवें बाबा जी ने अपनी सारी उम्र इसे काम में ला दिती एंड अपने कोहली साहब डॉक्टर दविंदर सिंह ते होर उत्थे काका जी एंड अदरस पीपल आई हैव मैट ते देयर लॉट ऑफ इंस्पीरेशन टू अस For us to do little bit, you know, we cannot match what they do. I mean, Ruby ji dekh lo itthe hai ajj apne naal apna sara business vagera kaam sara bech ke 100% he's dedicated to this organization, and it's all volunteer time. It's not like he gets paid for it. So I want to put that in front that why we do it. And dooji gal eh hoi bhi asi क्यों what really appeals to us is कि भी ये जी सब तो ज़्यादा लोड हूँ उत्थे की है पंजाब दे विच एजुकेशन तुसी देख लो अपने जड़ियाँ हूँ फार्मर्स उत्थे प्रोटेस्ट चल रहे हैं जो भी मैं उन्होंने देखता बड़ा दुख लगता भी साढ़े लोग उत्थे अपना हक मंगन दे लई उत्थे मंगदे बन के बैठे सड़कां ते दीज पीपल आर मैनिपुलेटिंग अस
And I think the way out is not that we get more money for our grain. Of course, we want that. We got to get our people educated. So that's the purpose. Why we want the schools, why we want the universities. So the last item, you know, jadon vi saadi gal hundi hai, it's not that we want to pay off, ke jehde saade loan a ohi pay off kariye. Oh, loan taan pay off karan di lod hai ke assi grow kar sakiye. Te eh dekh lo, inna de saare project, Rubi ji can give you more detail, ke vi utthe, they're continuing to expand the university, expanding the programs, the bachyan nu padhaun de jehde education programs, they are aligning with the universities in the US. ke jehde bacche utthe university vich padhde aa, they have opportunity to come to America or Canada. They so the education is the key. It's a slow process, but it's an effective process. Kyunki je 20-25 saal pehla na shuru karde, aaj utthe jehda 100-125 school ne oh na hunde. So it's always seems like a big effort, but it's an important effort. The baki jehdi gal rahi creative, how we can help. There are different ways to help. Of course, we can always help with direct money. The jehda ki ajj da apan gal kar rahe hain, mere Harpreet mera paanja, mere elder sister da beta, te saadi gal hoi kai saal pehla ki ehdi zameen utthe pai si jehdi ke ehdi koi intention nahi hai utthe wapas jaan di. He's been here for so long. Te this was the last asset he has over there. ਤੇ ਮੈਂ ਇਹਨੂੰ ਇਨਕਰੇਜ ਕੀਤਾ ਵੀ ਬੜੂ ਸਾਹਿਬ ਦੀ ਸੇਵਾ ਵਿੱਚ ਲਾ ਦਿਓ ਤਾਂ ਨਾ ਤਾਂ ਤੈਨੂੰ ਉੱਥੇ ਜਾਣਾ ਪਊਗਾ, ਉਹ ਆਪੇ ਦੇ ਜਸਟ ਡੋਨੇਟਡ ਟੂ ਦੈਮ, ਦੈਨ ਦੇ ਟੇਕ ਕੇਅਰ ਆਫ ਦ ਰੈਸਟ. ਐਂਡ ਵਿਨ ਸਮਬਡੀ ਬਾਇਸ ਫਰੋਮ ਬੜੂ ਸਾਹਿਬ, ਇਟਸ ਐਕਚੁਅਲੀ ਦੇ ਨੋ ਦੈਟ ਦੇ ਆਰ ਬਾਇੰਗ ਫਰੋਮ ਅ ਲੀਜਿਟਿਮੇਟ ਐਂਟੀਟੀ, ਦੇ ਡੋਨਟ ਹੈਵ ਟੂ ਵਰੀ ਅਬਾਊਟ ਦ ਟਾਈਟਲ ਵਰਕ ਔਰ ਐਨੀਥਿੰਗ ਐਲਸ. ਤੇ ਦ ਕਨਵੀਨੀਅੰਸ ਆਫ ਬੀਇੰਗ ਏਬਲ ਟੂ ਟ੍ਰਾਂਸਫਰ ਦ ਐਸੈਟ ਟੂ ਬੜੂ ਸਾਹਿਬ, and trust will then manage to sell it forward the land and get the maximum value and get the maximum benefit. In the meantime, Harpreet will get the benefit of the donation in the US based dollars for the fair market value of the property. And I think apne kafi log itthe jehde ke itthe aaye hoye der de unna de utthe India de vich ghar ne, ya koi bhi property, every property in India has a lot of value. No question about it. There's a demand for it. They did a Ruby ji honi te inari team, they do all the legwork. That's the beauty of it. Tuhanu kuch nahi karna payega, tusi itthe jao, you know, you might have to get some papers notarized, have to go to the consulate office to, you know, authenticate the documents. They, it's a great way to help. And also great way to get rid of your headache that you worry about if somebody is going to occupy my home or my land in India. It seems like a win-win-win situation. But most importantly, jo tusi seva di gal kiti hai, ek inna ਇਹ ਇੰਪੋਰਟੈਂਟ ਇੰਨਾ ਇਹ ਸੇਵਾ ਹੋ ਸਕਦੀ ਹੈ ਜੋ ਜ਼ਮੀਨ ਦੀ ਸੇਵਾ ਹੈ, ਜਿਸ ਤਰ੍ਹਾਂ ਤੁਸੀਂ ਕਿਹਾ ਜੱਸੀ ਜੀ, ਅੱਜ ਕਿਸਾਨ ਵੀ ਉਸੇ ਜ਼ਮੀਨ ਲਈ ਲੜ ਰਿਹਾ, ਅਤੇ ਅਗਰ ਤੁਹਾਡੇ ਕੋਲ ਜ਼ਮੀਨ ਖਾਲੀ ਪਈ ਹੈ, ਤੁਸੀਂ ਉਹਨੂੰ ਯੂਜ਼ ਨਹੀਂ ਕਰ ਰਹੇ, ਤੁਹਾਨੂੰ ਸਮਝ ਨਹੀਂ ਲੱਗ ਰਹੀ ਕਿਸ ਤਰ੍ਹਾਂ ਤੁਸੀਂ ਉਹਨੂੰ ਆਫਲੋਡ ਕਰ ਸਕਦੇ ਹੋ, ਹੀਅਰ ਇਜ਼ ਅ ਗ੍ਰੇਟ ਗ੍ਰੇਟ ਵੇ ਟੂ ਡੂ ਦੈਟ, ਯੂ ਨੋ. ਸੋ ਵੰਸ ਅਗੈਨ ਪੈਨਲ ਸਾਡੇ ਨਾਲ ਜੁੜਿਆ ਹੋਇਆ, ਗੱਲ ਹੋ ਰਹੀ ਹੈ ਬੜੂ ਸਾਹਿਬ ਕਲਗੀਧਰ ਟਰੱਸਟ ਸੰਸਥਾ ਦੀ, ਕੀ ਕੁਛ ਇਨੀਸ਼ੀਏਟਿਵਸ ਔਰਗਨਾਈਜੇਸ਼ਨ ਵੱਲੋਂ ਔਨਗੋਇੰਗ ਹਨ, ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਵੇਖ ਸਕਦੇ ਹਾਂ ਅਤੇ ਕਿਸ ਤਰ੍ਹਾਂ ਸਪੋਰਟ ਕਰ ਸਕਦੇ ਹਾਂ ਇਨੀਸ਼ੀਏਟਿਵਸ ਦੀ. ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ, ਬ੍ਰੇਕ ਤੋਂ ਬਾਅਦ ਗੱਲ ਜਾਰੀ ਰਹੇਗੀ, ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ. ਬ੍ਰੇਕ ਤੋਂ ਬਾਅਦ ਸਾਰਿਆਂ ਦਾ ਸਵਾਗਤ, ਤੁਸੀਂ ਵੇਖ ਰਹੇ ਹੋ ਸਾਡਾ ਸਪੈਸ਼ਲ ਪ੍ਰੋਗਰਾਮ ਬੜੂ ਸਾਹਿਬ ਕਲਗੀਧਰ ਟਰੱਸਟ ਸੰਸਥਾ ਦੇ ਨਾਲ, ਉਹਨਾਂ ਦੇ ਟੀਮ ਮੈਂਬਰਸ, ਉਹਨਾਂ ਦੇ ਡੋਨਰਸ, ਸਪੋਰਟਰਸ ਦੇ ਨਾਲ ਗੱਲ ਕਰਾਂਗੇ. ਹਰ ਹਫਤੇ ਸੰਡੇ ਸ਼ਾਮ 8:30 ਈਸਟਰਨ ਤੁਹਾਡੇ ਨਾਲ ਇਹ ਪ੍ਰੋਗਰਾਮ ਪੇਸ਼ ਕਰਾਂਗੇ, ਅਤੇ ਅੱਜ ਵੀ ਸਾਡੇ ਨਾਲ ਪੈਨਲ ਬਹੁਤ ਵਧੀਆ ਜੁੜਿਆ ਹੋਇਆ. ਇੱਕ ਵਾਰੀ ਫਿਰ ਮੈਂ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਪ੍ਰੋਗਰਾਮ ਦੇ ਵਿੱਚ. ਵੈਲਕਮ ਬੈਕ. ਟੈਕਸਿਸ ਤੋਂ ਸਾਡੇ ਨਾਲ ਜੁੜੇ ਹਨ ਜੈਸੀ ਮਾਨ ਜੀ, ਜੋ ਕਿ ਬਹੁਤ ਹੀ ਵੱਡੇ ਲੈਵਲ 'ਤੇ ਲੰਬੇ ਸਮੇਂ ਤੋਂ ਅਤੇ ਇੱਕ ਸਟ੍ਰੈਟੇਜਿਕ ਬਿਜ਼ਨਸ ਤੌਰ 'ਤੇ ਇਸ ਸੰਸਥਾ ਦੀ ਸਪੋਰਟ ਕਰਦੇ ਹੈ. ਹਰਪ੍ਰੀਤ ਜੀ, ਜਿਨ੍ਹਾਂ ਨੇ ਰੀਸੈਂਟਲੀ ਇੱਕ ਆਪਣੀ ਲੈਂਡ ਡੋਨੇਟ ਕਰਕੇ ਕਿੰਨਾ ਵੱਡਾ ਸਮ ਬੜੂ ਸਾਹਿਬ ਕਲਗੀਧਰ ਟਰੱਸਟ 'ਤੇ ਜੋ ਕਰਜ਼ਾ ਸੀਗਾ ਉਹਦੇ ਤੋਂ ਕੱਟਿਆ, ਅਤੇ ਰਵਿੰਦਰਪਾਲ ਸਿੰਘ ਕੋਹਲੀ ਜੀ, ਜਿਨ੍ਹਾਂ ਨੂੰ ਪਿਆਰ ਦੇ ਨਾਲ ਸਾਰੇ ਰੂਬੀ ਜੀ ਕਹਿੰਦੇ, ਇੰਡੀਆ ਤੋਂ ਸਾਡੇ ਨਾਲ ਜੁੜੇ ਹਨ, ਟੀਮ ਮੈਂਬਰ ਬੜੂ ਸਾਹਿਬ ਦੀ ਟੀਮ ਦੇ, ਐਂਡ ਆਫਕੋਰਸ ਰਵੀਦੀਪ ਕੌਰ ਮੁਕਤਾ ਜੀ, ਆਲਸੋ ਫਰੋਮ ਡੈਲਸ ਟੈਕਸਿਸ. ਵੈਲਕਮ ਟੂ ਐਵਰੀਵਨ. ਹਰਪ੍ਰੀਤ ਜੀ, ਮੈਂ ਤੁਹਾਡੇ ਨਾਲ ਸ਼ੁਰੂ ਕਰਨਾ ਚਾਹਾਂਗੀ, ਬਿਕੋਜ਼ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਨਵੇਂ ਹੋ, ਤੁਸੀਂ ਪਹਿਲੀ ਵਾਰ ਸਾਡੇ ਨਾਲ ਜੁੜ ਰਹੇ ਹੋ, ਪਰ ਤੁਹਾਡੀ ਜੋ ਇਹ ਸੇਵਾ ਹੈ
जिन्ना आपां उहदा सत्कार करिए उन्ना क कम लगता है। तुसीं अपनी जमीन इंडिया दे विच डोनेट कीती संस्था नूं ते उहदे बारे मैं पुछना चाहूँगी, बट फर्स्ट मैं तुहाडे तों पुछना चाहनी तुहाडा की एक्सपीरियंस रहा है, तुहाडा की तुहाडे सेंटीमेंट्स हन कि तुसीं संस्था नाल जुड़े ते किस तरह तुसीं उह चीज़ नूं डिस्क्राइब करना चाहोगे साडे व्यूअर्स लई अज। सब तो पहला तो वाहगुरु जी का खालसा वाहगुरु जी की फतेह सारा जी। ते क्योंकि मैं कई साल 15-20 साल पहला वो बाबा जी की बायोग्राफी पढ़ता सी संत उदय सिंह जी की, फिर मामा जी ने डोनेशन बारे दसिया भी मैं इदा भी डोनेट कर सकता लैंड लई, लैंड डोनेट कर सकता। तो ये बड़ा यूनीक आइडिया से, मैं कदे ऐ सोचा नहीं सी। This is what I want everybody to know, that this is, you know, it's very easy, like to donate your land, your house, your plot, and it's just so much easy. I don't have to do anything. I just make power attorney and, you know, get the papers together, and then Bruce, they handle the rest. It's so much easy, isn't it? Like, me to be sitting here, I really didn't have to do anything. So this, my mama ji, he introduced this idea to me. I never thought of it before, and I'm sure many people don't know this. ਕਿਸ ਤਰ੍ਹਾਂ ਹਰਪ੍ਰੀਤ ਜੀ, ਕਿਸ ਤਰ੍ਹਾਂ ਦਾ ਪ੍ਰੋਸੈਸ ਸੀਗਾ, ਮਤਲਬ ਤੁਸੀਂ ਡਾਕੂਮੈਂਟੇਸ਼ਨ ਤੋਂ ਇਲਾਵਾ ਤੁਹਾਨੂੰ ਕਿੰਨਾ ਕੁ ਕਰਨਾ ਪਿਆ, ਤੁਹਾਨੂੰ ਮਤਲਬ ਇੰਡੀਆ ਤਾਂ ਨਹੀਂ ਜਾਣਾ ਪਿਆ ਨਾ, ਲਾਈਕ ਯੂ ਡਿਡ ਐਵਰੀਥਿੰਗ ਫਰਮ ਹੇਅਰ ਰਾਈਟ? ਨੋ, ਯਾ, ਆਈ ਡਿਡਨਟ ਹੈਵ ਟੂ ਡੂ ਐਨੀਥਿੰਗ। ਆਈ ਜਸਟ ਗੁਰੂ ਸਾਹਿਬ ਦੇ ਮੇਡ ਦੀ ਪਾਵਰ ਅਟਰਨੀ ਐਵਰੀਥਿੰਗ। ਆਈ ਜਸਟ ਵੈਂਟ ਟੂ ਇੰਡੀਅਨ ਕੌਂਸੂਲੇਟ ਵਿਦ ਥੈਮ, ਸਾਈਨਡ ਦੀ ਪੇਪਰ ਵਰਕ ਜੀ, ਐਂਡ ਗੇਵ ਦੀ ਪੇਪਰਸ ਟੂ ਦੀ ਪਲਾਟ ਟੂ ਥੈਮ। ਦਿਸ ਇਜ਼ ਆਲ ਆਈ ਡਿਡ। ਇਟ ਵਾਸ ਜਸਟ one day work. I mean, everything was done in one day. ਹਰਪ੍ਰੀਤ ਜੀ, ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈ ਇਹ ਸੋਚ ਕੇ ਕਿ ਉਹ ਜ਼ਮੀਨ ਜੋ ਤੁਹਾਡੇ ਖਾਤੇ ਸੀਗੀ ਮਤਲਬ ਖਾਲੀ ਪਈ ਸੀ, ਔਰ ਯਾ ਇਟ ਵਾਸ ਸਿਟਿੰਗ ਆਈਡਲ ਜਿਸ ਤਰ੍ਹਾਂ ਰੂਬੀ ਜੀ ਕਹਿ ਰਹੇ ਸੀ, ਉਹਦਾ ਹੁਣ ਯੂ ਨੋ ਕਿਸ ਤਰ੍ਹਾਂ ਦੀ ਉਹ ਮਤਲਬ ਬੈਨੀਫਿਟ ਲੈ ਕੇ ਆ ਰਹੀ ਹੈ ਸੰਸਥਾ ਦੇ ਵਿੱਚ, ਬੱਚਿਆਂ ਦੀ ਲਾਈਫਸ ਦੇ ਵਿੱਚ? ਹਾਊ ਡਸ ਦੈਟ ਮੇਕ ਯੂ ਫੀਲ? It makes me, it's very fulfilling, because Sant Dabar Singh ji, oh, education te badi emphasis karde si. Guru Sahib wale baba ji jehde inne nu YouTube te main sunda rehnda kai vari, Sant Gwal Singh ji ne sari apni life idhar samarpit kiti aa. Tusi sab kinne volunteers kar rahe ho, te so this was like very little, like it's very fulfilling. The fulfilling part is very big, and donation part is just, you can be tera ditta tujhe kya ko kya lage mera. It just I mean, I don't, you know, it couldn't been put to a better purpose. Ji I'm is very fulfilling. ਜੀ ਆਮ ਗਲੈਡ ਕਿ ਤੁਸੀਂ ਇਹ ਸੈਂਟੀਮੈਂਟ ਸਾਡੇ ਨਾਲ ਸ਼ੇਅਰ ਕੀਤੇ, ਬਿਕੋਜ਼ ਯੂ ਨੋ ਵਿਊਅਰਸ ਨੂੰ ਇਹ ਚੀਜ਼ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਦੱਸ ਕੇ ਕਿ ਦੇਖੋ ਜੀ ਸੇਵਾ ਸਿਰਫ ਦੱਸਣ ਲਈ ਨਹੀਂ ਹੁੰਦੀ, ਸੇਵਾ ਤੁਹਾਡੀ ਆਪ ਨੂੰ ਤੁਹਾਡੀ ਰੂਹ ਨੂੰ ਵੀ ਕਿੰਨੀ ਖੁਸ਼ੀ ਦਿੰਦੀ ਹੈ, ਅਤੇ ਅਫਕੋਰਸ ਜੋ ਪੋਜ਼ਿਟਿਵ ਚੇਂਜਿਸ ਇਹ ਲੈ ਕੇ ਆ ਰਹੀ ਹੈ ਸੰਸਥਾ ਰਾਹੀਂ ਉਹਦੀ ਤਾਂ ਅਫਕੋਰਸ ਯੂ ਨੋ ਵੀ ਕੈਨ ਸੇ ਇਨਫ। ਰੂਬੀ ਜੀ, ਮੈਂ ਤੁਹਾਡੇ ਤੋਂ ਇੱਕ ਵਾਰੀ ਫਿਰ ਪੁੱਛਣਾ ਚਾਹਾਂਗੀ, ਸੋ ਯੂ ਨੋ ਜਿੱਥੇ ਨੰਬਰਸ ਦੀ ਗੱਲ ਆਉਂਦੀ ਹੈ, I do want to talk, because you know, a sansta kinna kam kar rahi hai? I mean, there is multiple different tracks jo simultaneously unate work ho rahe hai, right? But sometimes mindset jo loki sochde ki you know, unada ta karja hi hai, unada ta, you know, mamooli je do teen mote mote cheezan hegiyan. Ruby ji, kis tarah de khaas karke jithe expenses di gal aandi hai, what kind of expenses on a day to day basis, right? ਥੋੜ੍ਹਾ ਜਿਹਾ ਸਾਨੂੰ ਦੱਸੋ ਕਿਸ ਤਰ੍ਹਾਂ ਦੇ ਖਰਚੇ ਇਸ ਸੰਸਥਾ ਦੇ ਖਾਤੇ ਪੈਂਦੇ, ਭਾਵੇਂ ਉਹ ਸੈਲਰੀਜ਼ ਹੋਣ, ਬੱਚਿਆਂ ਦੀ ਟਿਊਸ਼ਨ ਜਿਨ੍ਹਾਂ ਨੂੰ ਟਿਊਸ਼ਨ ਪ੍ਰੋਵਾਈਡ ਕੀਤੀ ਜਾਂਦੀ ਉਹਦੇ ਬਾਰੇ, ਦ ਪ੍ਰੋਗਰਾਮਸ ਆਰ ਯੂ ਡੂਇੰਗ, ਦ ਨਿਊ ਇਨੀਸ਼ੀਟਿਵਸ, ਕਿਸ ਤਰ੍ਹਾਂ ਦੇ ਖਰਚੇ ਸੰਸਥਾ ਦੇ ਯੂ ਨੋ ਹੇਠ ਆਉਂਦੇ ਹੈ? ਅਸ਼ਮਿਤਾ ਜੀ, ਐਕਸਪੈਂਸਿਸ, ਐਸ ਫਾਰ ਐਸ ਦ ਐਕਸਪੈਂਸਿਸ ਆਰ ਕਨਸਰਨਡ, ਵੀ ਹੈਵ ਅ ਟੈਂਟੇਟਿਵ ਐਕਸਪੈਂਸ ਆਫ ਅਰਾਊਂਡ 60 to 65 lakhs per day. ਵਾਓ,
That includes salaries, that includes transportation costs, that includes electricity, that includes all the supporting infrastructure and stuff like those. Gee. Thankfully, we are a tax-free organization. We are tax-exempt, and we can issue tax-exempt receipts to our donors. That is one exemption that we have from the government. ਹਰ ਬੰਦੇ ਦੇ ਦਿਮਾਗ 'ਚ ਇਹ ਗੱਲ ਆਉਂਦੀ ਵੀ ਠੀਕ ਹੈ ਤੁਸੀਂ ਇਹ ਕਰ ਲਏ 129 ਸਕੂਲ ਬਣਾ ਲਏ, ਦੋ ਯੂਨੀਵਰਸਿਟੀਆਂ ਬਣਾ ਲਈਆਂ, ਇੱਕ ਆਨਲਾਈਨ ਯੂਨੀਵਰਸਿਟੀ ਬਣਾ ਲਈ, 70,000 ਬੱਚਾ ਤੁਸੀਂ ਪੜ੍ਹਾ ਰਹੇ ਹੋ, ਸਵੇਰੇ ਉਹਨਾਂ ਨੂੰ ਨਿਤਨੇਮ ਕਰਾ ਰਹੇ ਹੋ, ਸਭ ਕੁਛ ਠੀਕ ਹੈ, ਪਰ ਇਹਦਾ ਆਊਟਕਮ ਕੀ ਹੈ? ਦਿਸ ਇਜ਼ ਵਾਟ ਪੀਪਲ ਜਨਰਲੀ ਵਾਂਟ ਟੂ ਨੋ. ਦੇਖੋ, ਅਗਰ ਬੜੀ ਪ੍ਰੈਕਟੀਕਲ ਔਰ ਸ਼ਾਰਟ ਇਹਦੇ ਨਾਲ ਅਗਰ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿ ਐਤਕੀ ਜਿਹੜਾ ਕਿਸਾਨਾਂ ਦਾ ਮੋਰਚਾ ਮਤਲਬ ਹਿਸਟੋਰਿਕ ਹੋਇਆ ਹੈਗਾ, ਪੂਰਾ ਵਰਲਡ ਇਹਨੂੰ ਨੋਟਿਸ ਕਰ ਰਿਹਾ, ਐਵਰੀਬਾਡੀ ਸਿਟਿੰਗ ਬੈਕ ਐਂਡ ਐਕਚੁਅਲੀ ਕਨੈਕਟਿੰਗ ਵਿਦ ਦੈਟ ਮੋਰਚਾ, ਤੁਸੀਂ ਇੱਕ ਚੇਂਜ ਨੋਟਿਸ ਕਰਨਾ ਕਿ ਪਹਿਲੀ ਵਾਰ ਸਾਡੇ ਭਰਾ ਸਾਡੀ ਕਮਿਊਨਿਟੀ ਪਾਲਿਸੀ ਪਾਰਟੀਸੀਪੇਸ਼ਨ ਦੀ ਗੱਲ ਕਰ ਰਹੇ ਨੇ. ਯੈਸ, ਨਹੀਂ ਤੇ ਇਸ ਤੋਂ ਪਹਿਲਾਂ ਪਾਸਟ ਦੇ ਵਿੱਚ ਹਿਸਟਰੀ ਦੇ ਵਿੱਚ ਸਿਰਫ ਡਾਂਗਾਂ ਸੋਟੀਆਂ ਹੁੰਦੀਆਂ ਸਨ ਤੇ ਗੋਲੀਆਂ ਚੱਲਦੀਆਂ ਸਨ ਤੇ ਕਾਂਡ ਹੁੰਦੇ ਸੀ. ਕਿਸੇ ਨੂੰ ਅਸੀਂ ਬਰਗਾੜੀ ਕਾਂਡ ਕਹਿ ਦਿੰਦੇ ਸੀ, ਕਿਸੇ ਨੂੰ ਕੋਈ ਨਾਂ ਦੇ ਦਿੰਦੇ ਸੀ, ਕਿਸੇ ਨੂੰ ਕੋਈ ਨਾਂ ਦਿੰਦੇ ਸੀ. ਪਹਿਲੀ ਵਾਰ ਇਹ ਹੋਇਆ ਕਿ ਇਹ ਇੱਕ ਡਾਇਲੋਗ ਪਾਰਟੀਸੀਪੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਪਾਲਿਸੀ ਪਾਰਟੀਸੀਪੇਸ਼ਨ ਵਿਦ ਦ ਗਵਰਨਮੈਂਟਸ ਕੀਤੀ ਗਈ ਹੈ, ਅੱਖਾਂ 'ਚ ਅੱਖਾਂ ਪਾ ਕੇ ਗੱਲ ਕੀਤੀ ਗਈ ਹੈ. ਕਿਧਰੇ ਨਾ ਕਿਧਰੇ ਇਫ ਯੂ ਸਿਟ ਬੈਕ ਐਂਡ ਇਫ ਯੂ ਥਿੰਕ ਅਬਾਊਟ ਇਟ, ਔਰਗਨਾਈਜੇਸ਼ਨ ਲਾਈਕ ਕਲਗੀਧਰ ਟਰੱਸਟ ਬੜੂ ਸਾਹਿਬ ਹੈਵ ਅ ਸਮਾਲ ਰੋਲ ਟੂ ਪਲੇ ਇਨ ਐਜੂਕੇਟਿੰਗ ਦ ਮਾਸਿਸ. ਜਿਹੜੇ ਬੱਚੇ ਅੱਜ ਸੋਸ਼ਲ ਮੀਡੀਆ ਸੰਭਾਲ ਗਏ, ਅਖਬਾਰੀ ਅਖਬਾਰਾਂ ਕੱਢ ਚੁੱਕੇ, ਕਿਸਾਨ ਏਕਤਾ ਮੋਰਚਾ ਦੀ ਅਖਬਾਰਾਂ ਕੱਢ ਲਈਆਂ, ਆਪਣਾ ਸੋਸ਼ਲ ਮੀਡੀਆ ਸੰਭਾਲ ਲਿਆ, ਆਪਣੀ ਕਮਿਊਨੀਕੇਸ਼ਨ ਆਪਣੇ ਡਾਇਲੋਗ ਨੂੰ ਗਵਰਨਮੈਂਟ ਨੇ ਔਰ ਏਜੰਸੀਆਂ ਨੇ ਕਿਸ ਤਰੀਕੇ ਨਾਲ ਮੈਨੂਪਲੇਟ ਕਰਨ ਦੀ ਕੋਸ਼ਿਸ਼ ਕੀਤੀ, ਖਾਲਿਸਤਾਨੀ ਸਪੇਂਟ ਕਰਨ ਦਾ ਕੋਸ਼ਿਸ਼ ਕੀਤਾ, ਹੋਰ ਬੜੇ ਇਸ਼ੂਜ਼ ਉਠਾਏ, ਉਹਨਾਂ ਸਾਰਿਆਂ ਨੂੰ ਉਹਨਾਂ ਨੇ ਡਿਫੈਂਡ ਕਰਕੇ ਵਾਪਸ ਪਬਲਿਕ ਜਿਹੜੀ ਓਪੀਨੀਅਨ ਹੈਗੀ ਹੈ ਮੋਲਡ ਕੀਤੀ. Education has got to play a big role in this. Absolutely. And organizations like Akal Academy, like Kalgidhar Trust, Badu Sahib, have proved in this particular morcha also ki yes, education has a role to play and we believe in quality education. Aur assi pindan vich jaake jehdi education de rahe ha, ik impact tusi is khaas is saal de vich 2021 de andar jehda morcha dekhya saryan ne ji, eh itihasik morcha, eh oda ik outcome haga hai. Other than I can say hundreds and hundreds of examples, bache IIT, IIM de vich pad rahe ne, multinational companies job kar rahe ne, par kisan ekta morcha jehda aitki lagya haga hai, this has been definitely a very fulfilling outcome for us. Sanu pata hai bilkul ki almighty will grace us aur zarur ida outcome positive hoega aur acha hoega aur saryan vaste beneficial hoega. Absolutely, this is the way we should actually, ਜੋ ਗੁਰੂ ਨਾਨਕ ਸਾਹਿਬ ਨੇ ਹਮੇਸ਼ਾ ਡਾਇਲੋਗ ਨਾਲ ਹੀ ਰਿਜ਼ੋਲਵ ਕੀਤੇ ਸੋਸ਼ਲ ਇਸ਼ੂਜ਼ ਨੂੰ. ਬਿਲਕੁਲ ਬਿਲਕੁਲ. ਸੋ ਸਿਮਿਲਰਲੀ ਪਹਿਲੀ ਵਾਰ ਸਾਡੀ ਕਮਿਊਨਿਟੀ ਨੇ ਡਾਇਲੋਗ ਨੂੰ ਪਿਕ ਕੀਤਾ ਹੈ ਕਿ ਵੀ ਸ਼ੁੱਡ ਯੂਜ਼ ਡਾਇਲੋਗ ਟੂ ਰਿਜ਼ੋਲਵ ਸੱਚ ਇਸ਼ੂਜ਼. I'm so glad Ruby ji tusi eh do tin points nu touch kita hai. Ek ta the value of education, right? I think jadon morche di gal aandi hai, the big thing is ke jo union leaders san oh matlab pichle summer to june july to lokan nu educate kar rahe si, right? But lokan de vich oh bhavna sikhan di oh aayi because of programs, because of initiatives like Badu Sahib jo is cheez nu priority rakh ke lokan nu dass rahe ke nahi tuhanu jaan ਕਾਰੀ ਪਾਣੀ ਚਾਹੀਦੀ ਹੈ, ਉਹਦਾ ਫਲ ਸਾਨੂੰ ਅੱਜ ਵੇਖਣ ਨੂੰ ਮਿਲ ਰਿਹਾ. ਐਬਸੋਲੂਟਲੀ. ਬਟ ਜਿੱਥੇ ਮੋਰਚੇ ਦੀ ਗੱਲ ਆਉਂਦੀ ਹੈ, ਬੜੂ ਸਾਹਿਬ ਸੰਸਥਾ ਖਾਸ ਕਰਕੇ ਕਿਸਾਨ ਮੁੱਦੇ ਨੂੰ ਲੈ ਕੇ ਕਿੰਨੇ ਲੰਬੇ ਸਮੇਂ ਤੋਂ ਕੰਮ ਕਰ ਰਿਹਾ, ਉਹਦੀ ਵੀ ਮੈਂ ਗੱਲ ਕਰਨਾ ਚਾਹੁੰਦੀ ਹਾਂ ਅਤੇ ਕਿਸ ਤਰ੍ਹਾਂ ਦੇ ਚੈਲੇਂਜਸ ਜਿੱਥੇ ਯੂ ਨੋ ਇੱਕ ਤਾਂ ਮੋਰਚੇ ਦੇ ਚੈਲੇਂਜਸ, ਇਨ ਕਾਨੂੰਨਾਂ ਦੇ ਚੈਲੇਂਜਸ, ਕੋਵਿਡ ਕਰਕੇ ਜੋ ਐਡੀਸ਼ਨਲ ਚੈਲੇਂਜਸ ਸੰਸਥਾ ਨੂੰ ਬੇਅਰ ਕਰਨੇ ਪੈ ਰਹੇ, ਉਹਦੀ ਵੀ ਗੱਲ ਕਰਾਂਗੇ. ਇੱਕ ਹੋਰ ਛੋਟੀ ਜਿਹੀ ਬ੍ਰੇਕ ਲਈ ਇੱਥੇ ਰੁਕਦੇ ਹਾਂ. ਵਿਊਅਰਸ ਕਿਤੇ ਨਾ ਜਾਓ, ਕਨਵਰਸੇਸ਼ਨ ਜਾਰੀ ਰਹੇਗੀ. ਬ੍ਰੇਕ ਤੋਂ ਇਸ ਬਾਰ ਸਾਰਿਆਂ ਦਾ ਇੱਕ ਵਾਰੀ ਫਿਰ ਸਵਾਗਤ. ਤੁਸੀਂ ਵੇਖ ਰਹੇ ਹੋ ਸਾਡਾ ਸਪੈਸ਼ਲ ਪ੍ਰੋਗਰਾਮ ਬੜੂ ਸਾਹਿਬ ਕਲਗੀਧਰ ਟਰੱਸਟ ਦੀ ਟੀਮ ਦੇ ਸਪੋਰਟਰਸ ਡੋਨਰਸ ਦੇ ਨਾਲ ਗੱਲ ਹੋ ਰਹੀ ਹੈ, ਜਿੱਥੇ ਸੰਤ ਬਾਬਾ ਇਕਬਾਲ ਸਿੰਘ ਜੀ ਦਾ ਜੋ ਵਿਜ਼ਨ ਸਾਨੂੰ ਅੱਜ ਵੇਖਣ ਨੂੰ ਮਿਲ ਰਿਹਾ ਹੈ, ਜਿਹਦੇ ਉੱਤੇ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਲਗਾ ਦਿੱਤੀ, ਹਲੇ ਵੀ ਇੰਨੀ 90 ਸਾਲਾਂ ਤੋਂ ਵੱਧ ਦੀ ਉਮਰ ਦੇ ਵਿੱਚ ਵੀ ਲੱਗੇ ਹੋਏ ਆ, ਡਟ ਕੇ ਲੱਗੇ ਹੋਏ ਆ ਇਸ ਕੰਮ ਦੇ ਵਿੱਚ. ਉਹਦੀ
ਅੱਜ ਡਿਸਕਸ਼ਨ ਕਰ ਰਹੇ ਹਾਂ ਅਤੇ ਤੁਸੀਂ ਵੀ ਸਾਡੇ ਨਾਲ ਜੁੜ ਕੇ ਜ਼ਰੂਰ ਸੁਣੋ ਕਿ ਕੀ ਕੁਛ ਇਨੀਸ਼ੀਏਟਿਵਸ ਇਸ ਸੰਸਥਾ ਅੱਗੇ ਲੈ ਕੇ ਆ ਰਹੀ ਹੈ ਅਤੇ ਕੀ ਚੈਲੇਂਜਸ ਨੂੰ ਝੇਲ ਕੇ ਇਹ ਆਪਣਾ ਕੰਮ ਕਰ ਰਹੀ ਹੈ ਅਤੇ ਕਿਸ ਤਰ੍ਹਾਂ ਤੁਸੀਂ ਹੈਲਪ ਕਰ ਸਕਦੇ ਹੋ ਉਹਨਾਂ ਦੀ ਸਾਡੇ ਨਾਲ ਇੱਕ ਵਾਰੀ ਫਿਰ ਪੈਨਲ ਜੁੜਿਆ ਮੈਂ ਸਾਰਿਆਂ ਦਾ ਸਵਾਗਤ ਕਰਦੀ ਹਾਂ ਚੈਲੇਂਜਸ ਤਾਂ ਪੂਰੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਆਏ ਕੋਵਿਡ ਕਰਕੇ ਬਟ ਜਦੋਂ ਇੰਨੇ ਵੱਡੇ ਲੈਵਲ 'ਤੇ ਕੰਮ ਹੋ ਰਿਹਾ ਹੁੰਦਾ ਹੈ ਯੂ ਨੋ ਤੁਹਾਡੀ ਪ੍ਰੋਬਲਮਸ ਵੀ ਵੱਡੀਆਂ ਹੁੰਦੀਆਂ ਰਾਈਟ ਸੋ ਯੂ ਨੋ ਇੱਕ ਤਾਂ ਆਫਕੋਰਸ ਫਾਈਨੈਂਸ਼ੀਅਲ ਚੈਲੇਂਜਸ ਹਨ ਬਟ ਐਜੂਕੇਸ਼ਨ 'ਤੇ ਜਿੱਥੇ ਇੰਨਾ ਫੋਕਸ ਰਿਹਾ ਹੈ ਇਸ ਸੰਸਥਾ ਦਾ ਖਾਸ ਕਰਕੇ ਜੋ ਲੈਗੇਸੀ ਰਹੀ ਹੈ ਸੰਤ ਅਤਰ ਸਿੰਘ ਜੀ ਦੀ ਯੂ ਨੋ ਕਰੰਟਲੀ ਬਾਬਾ ਇਕਬਾਲ ਸਿੰਘ ਜੀ ਦੀ ਉਸ ਲੈਗੇਸੀ ਦੇ ਵਿੱਚ ਐਜੂਕੇਸ਼ਨ ਇੱਕ ਕੋਰਨਰ ਸਟੋਨ ਹੈ ਜੈਸੀ ਜੀ ਮੈਂ ਤੁਹਾਡੇ ਨਾਲ ਇਹਦੇ 'ਤੇ ਥੋੜ੍ਹਾ ਜਿਹਾ ਪੁੱਛਣਾ ਚਾਹਾਂਗੀ ਕਿ ਤੁਸੀਂ ਐਜੂਕੇਸ਼ਨ ਨੂੰ ਹਮੇਸ਼ਾ ਹਾਈ ਵੈਲਿਊ ਦਿੰਦੇ ਹੋ ਸਾਡੀ ਪੁਰਾਣੀ ਵੀ ਗੱਲ ਹੋਈ ਹੈ ਕਿ ਤੁਹਾਡਾ ਆਪ ਦਾ ਐਕਸਪੀਰੀਅੰਸ ਤੁਹਾਨੂੰ ਕਿਸ ਤਰ੍ਹਾਂ ਦਿਖਾਉਂਦਾ ਹੈ ਕਿ ਐਜੂਕੇਸ਼ਨ ਦੇ ਨਾਲ ਨਾ ਕਿ ਸਿਰਫ ਇੱਕ ਇੰਡੀਵਿਜੁਅਲ ਦੀ ਲਾਈਫ ਇੰਪਰੂਵ ਹੋ ਸਕਦੀ ਹੈ ਬਟ ਉਹਨਾਂ ਦੀ ਪੂਰੀ ਤੁਸੀਂ ਕਹਿ ਲਓ ਆਲੇ ਦੁਆਲੇ ਫੈਮਿਲੀ ਕਮਿਊਨਿਟੀ ਦੇ ਵਿੱਚ ਇੰਪਰੂਵਮੈਂਟਸ ਆ ਸਕਦੀਆਂ ਜੈਸੀ ਜੀ ਐਜੂਕੇਸ਼ਨ ਦੇ ਵਿੱਚ ਡਿਸਰਪਸ਼ਨ ਜਦੋਂ ਆਉਂਦੀ ਹੈ ਜਿਸ ਤਰ੍ਹਾਂ ਕੋਵਿਡ ਲੈ ਕੇ ਆਇਆ ਉਹਦੇ ਪਿਟਫਾਲਸ ਕੀ ਹੋ ਸਕਦੇ ਹੈ ਆਈ ਮੀਨ ਯੂਅਰ ਸਮਵਨ ਹੂ ਯੂ ਨੋ ਯੂ ਡਨ ਅਮੇਜ਼ਿੰਗ ਐਂਡ ਯੂਅਰ ਕਿਡਸ ਆਰ ਵੈਰੀ ਵੈਲ ਐਜੂਕੇਟਡ ਵੈਰੀ ਵੈਲ ਆਫ ਯੂ ਨੋ ਇੱਕ ਵੀ ਮਹੀਨੇ ਦੀ ਇੱਕ ਸਾਲ ਦਾ ਛੱਡਦੇ ਹੋ ਜਦੋਂ ਡਿਸਰਪਸ਼ਨ ਆਉਂਦੀ ਹੈ ਵਾਟ ਆਰ ਦਾ ਡਰਾਬੈਕਸ ਆਫ ਦੈਟ ਸਪੈਸ਼ਲੀ ਫਾਰ ਯੰਗ ਚਿਲਡਰਨ ਹਾਂਜੀ ਆਈ ਥਿੰਕ ਦ ਯੂ ਨੋ ਡਿਸਰਪਸ਼ਨ ਆਬਵੀਅਸਲੀ ਇਜ਼ ਇਟ ਵਾਸ ਸਿਗਨੀਫੀਕੈਂਟ ਇਨ ਦਿਸ ਕੇਸ ਐਂਡ ਆਈ ਨੋ ਅ ਲਿਟਲ ਬਿਟ ਬਿਕਾਜ਼ ਮੇਰੀ ਇਹਨਾਂ ਨਾਲ ਗੱਲ ਹੁੰਦੀ ਰਹਿੰਦੀ ਹੈ ਰੂਬੀ ਹੁਣ ਨਾਲ ਅਤੇ ਇਹ ਦੱਸਦੇ ਵੀ ਕਿੱਦਾਂ ਸ਼ੁਰੂ 'ਚ ਦੇ ਲੁਕਿੰਗ ਫੋਰ ਸਲਿਊਸ਼ਨ ਕਿ ਵੀ ਕੀ ਕਰੀਏ ਵੀ ਯੂ ਨੋ ਕਿਡਸ ਆਰ ਨਾਟ ਇਨ ਦ ਕਲਾਸਰੂਮ ਅਤੇ ਪਰ ਆਈ ਥਿੰਕ ਦਰ ਇਜ਼ ਅ ਸਿਲਵਰ ਲਾਈਨਿੰਗ ਹੀਅਰ ਨਾਓ ਵੀ ਹੈਵ ਡਿਸਕਵਰਡ ਕਿ ਵੀ ਅਸੀਂ ਬੱਚਿਆਂ ਨੂੰ ਆਨਲਾਈਨ ਪੜ੍ਹਾ ਸਕਦੇ ਹਾਂ ਸੋ ਇਨ ਦਾ ਯੂਨੀਵਰਸਿਟੀ ਐਜ਼ ਵੈਲ ਐਜ਼ ਦਾ ਅਕੈਡਮੀਸ ਸੋ ਆਈ ਥਿੰਕ ਦੈਟ ਹੈਜ਼ ਓਪਨਡ ਅਪ ਸਮ ਅਦਰ ਓਪਰਚੁਨਿਟੀਜ਼ ਟੂ ਐਜੂਕੇਟ ਆਰ ਪੀਪਲ ਐਂਡ ਵਨ ਐਗਜ਼ਾਮਪਲ ਆਈ ਕੈਨ ਗਿਵ ਯੂ ਅਸੀਂ ਮੈਂ ਇੱਕ ਮਹੀਨੇ ਕੁ ਹੋਇਆ ਗੱਲ ਕਰ ਰਹੇ ਸੀ ਵੀ ਜਿੰਨੇ ਬੱਚੇ ਜਿਹੜੇ ਆਪਣੇ ਉੱਥੋਂ ਗ੍ਰੈਜੂਏਟ ਹੁੰਦੇ ਆ ਅਕੈਡਮੀਜ਼ 'ਚੋਂ ਮਿਨੀਮਮ ਕੁਆਲੀਫਿਕੇਸ਼ਨ ਉਹਨਾਂ ਦੀ ਚਾਹੀਦੀ ਹੈ ਕਿ ਜਿਹੜਾ ਉਹ ਕੈਨੇਡੀਅਨ ਵੀਜ਼ੇ ਦਾ ਐਗਜ਼ਾਮ ਹੈ ਉਹ ਪਾਸ ਕਰ ਸਕਣ ਜੀ ਵੀ ਵੁੱਡ ਲਾਈਕ ਦੈਟ ਐਜ਼ ਅ ਮੋਟੀਵੇਸ਼ਨ ਕਿ ਵੀ ਸਾਡੇ ਇਹ ਨਹੀਂ ਕਿ ਬੱਚਿਆਂ ਨੂੰ ਐਜੂਕੇਸ਼ਨ ਵੀ ਮਿਲੇ ਮੈਂ ਤਾਂ ਚਾਹੁੰਦਾ ਵੀ ਉਹਨਾਂ ਦੇ ਵਿੱਚੋਂ ਉਹਨਾਂ ਨੂੰ ਓਪਰਚੁਨਿਟੀ ਵੀ ਮਿਲੇ ਕਿ ਉਹ ਅਮਰੀਕਾ ਜਾਂ ਕੈਨੇਡਾ ਵਿੱਚ ਆ ਸਕਣ ਜੀ ਅਤੇ ਇਹਨਾਂ ਨੇ ਇੱਕ ਹੋਰ ਇਨੀਸ਼ੀਏਟਿਵ ਆਲਰੇਡੀ ਇਟਸ ਬੀਨ ਫੰਡਡ ਬਾਈ ਆਈ ਥਿੰਕ ਸਮ ਫੋਕਸ ਫਰੋਮ ਕੈਨੇਡਾ ਔਰ ਯੂ ਐਸ ਆਈ ਥਿੰਕ ਕਿ ਸ਼ੁਰੂ ਕੀਤਾ ਕਿ ਵੀ ਅਸੀਂ ਪੈਰਲਲ ਯੂਨੀਵਰਸਿਟੀ ਦੇ ਵਿੱਚ ਸ਼ੁਰੂ ਕਰੀਏ ਕਿ ਉਹ ਜਿਹੜਾ ਐਗਜ਼ਾਮ ਹੈ ਉਹ ਲੈਂਦੇ ਆ ਕੈਨੇਡੀਅਨ ਵੀਜ਼ੇ ਦੇ ਲਈ ਆਪਣੇ ਆਮ ਲੜਕੇ ਨਹੀਂ ਪਾਸ ਕਰ ਸਕਦੇ ਲੜਕੀਆਂ ਫਿਰ ਵੀ ਉਹਦੇ ਵਿੱਚ ਦੇ ਹੈਵ ਬੈਟਰ ਰਿਜ਼ਲਟਸ ਅਤੇ ਇਹਨਾਂ ਨੇ ਸ਼ੁਰੂ ਕੀਤਾ ਵੀ ਜਿਹੜੇ ਸਾਡੇ ਅਕੈਡਮੀ ਦੇ ਸਟੂਡੈਂਟ ਉਹਨਾਂ ਨੂੰ ਛੱਡ ਕੇ ਜਿਹੜੇ ਦੂਸਰੇ ਬੱਚੇ ਨੇ ਬਾਹਰੋਂ ਕਾਲਜ ਕੀਤਾ ਜਾਂ ਜੋ ਵੀ ਉਹਨਾਂ ਦੀ ਬੈਕਗਰਾਊਂਡ ਹੈ ਉਹਨਾਂ ਨੂੰ ਵੀ ਅਸੀਂ ਪੜ੍ਹਾ ਕੇ ਉਹਨਾਂ ਦੀ ਵੀ ਸਰਟੀਫਿਕੇਸ਼ਨ ਕਰਾ ਦਈਏ ਉਸ ਸੋ ਕਿ ਸਾਡੇ ਲੋਕ ਬਾਹਰ ਆ ਸਕਣ ਸੋ ਰਿਮੈਂਬਰ ਆਈ ਸੀ ਦਾ ਓਪਰਚੁਨਿਟੀ ਕਿ ਵੀ ਸਾਡੇ ਬੱਚੇ ਪੜ੍ਹਨ ਸਾਡੀ ਫੈਮਿਲੀ ਦੇ ਵਿੱਚੋਂ ਕੋਈ ਇੱਕ ਬੱਚਾ ਵੀ ਪੜ੍ਹੇ ਜਾਂ ਬਾਹਰ ਆ ਜਾਵੇ ਉਹ ਨਾਟ ਓਨਲੀ ਦੈਟ ਫੈਮਿਲੀ ਬੈਨੀਫਿਟਸ ਰਿਲੇਟਿਵਸ ਬੈਨੀਫਿਟਸ ਨੈਕਸਟ ਜਨਰੇਸ਼ਨਸ ਬੈਨੀਫਿਟ ਸੋ ਸੋ ਦਿਸ ਇਜ਼ ਦਾ ਮੋਟੀਵੇਸ਼ਨ ਕਿ ਵੀ ਅਸੀਂ ਇੱਕ ਫੈਮਿਲੀ ਮੈਂਬਰ ਨੂੰ ਪੜ੍ਹਾ ਦਈਏ ਬਾਕੀ ਨੈਕਸਟ ਜਨਰੇਸ਼ਨਸ ਵਿਲ ਬੈਨੀਫਿਟ ਫਰਮ ਦੈਟ ਬਿਲਕੁਲ ਐਬਸੋਲੂਟਲੀ ਵੀ ਆਰ ਐਕਸਾਈਟਡ ਅਬਾਊਟ ਕਿ ਵੀ ਯੂ ਨੋ ਦਿਸ ਹੈਜ਼ ਐਕਚੁਅਲੀ there have been some problems clearly I think we are benefiting from them as well you know Jesse ji I'm so glad to see it because har ek cheez da bilkul silver lining hundi hai positive you know lab ke vekhna penda hai maadi situation vich vi positive hunde hai so jithe covid ne puri duniya nu shutdown karta mainu sade purane programa to jo apan pichle saal kitte si yaad hai I'm glad I can bring this up again because the viewers nu remind karna bahut zaruri hai jithe puri duniya band sigi america canada vadde vadde countries de schools band sige ਬੜੂ ਸਾਹਿਬ ਨੇ ਉੱਥੇ ਉੱਥੇ ਐਜੂਕੇਸ਼ਨ ਪਹੁੰਚਾਈ ਇੰਟਰਨੈਟ ਰਾਹੀਂ ਜਿੱਥੇ ਉਹ ਕਪੈਸਿਟੀ ਪਹਿਲੇ ਸੀਗੀ ਵੀ ਨਹੀਂ ਸੋ ਰੂਬੀ ਜੀ ਮੈਂ ਚਾਹੁੰਦੀ ਹਾਂ ਤੁਸੀਂ ਸਾਨੂੰ ਥੋੜ੍ਹਾ ਦੱਸੋ ਕਿ ਕੋਵਿਡ ਦੇ ਦੌਰਾਨ ਕਿਸ ਤਰ੍ਹਾਂ ਮਤਲਬ ਭਾਵੇਂ ਉਹ ਯੂ ਨੋ ਤੁਸੀਂ ਸੈਲਰੀ ਕੱਟਸ ਕਰਕੇ ਇਹ ਚੀਜ਼ਾਂ ਮੈਨੇਜ ਕੀਤੀ ਆਪਣੇ ਬਜਟ ਨੂੰ ਸ਼੍ਰਿੰਕ ਕਰਕੇ ਮੈਨੇਜ ਕੀਤਾ ਬਟ ਯੂ ਟਰਾਈ ਟੂ ਲਿਮਿਟ ਕਿ ਉਹ ਡਿਸਰਪਸ਼ਨ ਜਿੰਨੀ ਕਮ ਤੋਂ ਕਮ ਹੋਏ ਹੋ ਸਕੇ ਐਂਡ ਯੂ ਆਰ ਏਬਲ ਟੂ ਫੈਸਿਲੀਟੇਟ ਬ੍ਰਿੰਗਿੰਗ ਐਜੂਕੇਸ਼ਨ ਯੂਜ਼ਿੰਗ ਟੈਕਨੋਲੋਜੀ ਇਨ ਸਰਟਨ ਪਲੇਸਿਸ ਰੂਬੀ ਜੀ ਸਾਨੂੰ ਉਹਦੇ ਬਾਰੇ ਥੋੜ੍ਹਾ ਦੱਸੋ ਜੀ ਥੈਂਕ ਯੂ ਸੋ ਮਚ ਅਸ਼ਮਿਤਾ ਜੀ 22nd ਆਫ ਮਾਰਚ 2020
the government of India announced about the lockdown, which was supposed to be for a short period. Initially, mere khayal 14 din da unhone announce kita si. We were very fortunate. I would use and underline these words. We were very fortunate. And again, this is Almighty's blessings. Ki assi ek mahina pehle ton already disruptive practices dekh rahe si in education, which was through online deliverance. Online education, they already implementation start ho chukya si. And it coincided with this announcement of the lockdown. So in a very short notice, and I'm glad we managed to do that, thanks to all the back-end teams. 1st of April onwards, study classes online resume ho chukya san. JD, sare schools band ho chukya si, sab kuch band ho chukya si, but study online classes 1st of April onwards resume ho chukya san. So much so that in the mid of April, I don't recall the exact date, it was 17th or 15th, we attempted a world record, and it was registered by the World Book of Records as one of the largest webinars ever held in school children. Wow. We did a webinar wherein more than 48,000 school children participated for a 1 hour program. That was just to demonstrate and give confidence to the parents that the schools are ready for delivering the education. Tusi bachiyan nu ghar waste na hon dio, unna nu lazy na hon dio, let them be connected with the schools. Ji. WhatsApp group bana ditte gaye, Zoom calls, ek special software banaya gaya jidde utte Zoom calls utte bachiyan nu classes deliver hundiyan san. Ji. Bahut kuch back end de utte efforts karke somehow we managed, and again I'm repeating, we were very fortunate ki assi ek mahina pehle is cheez nu already implementation start kar rahe si. And it was a coincidence. We never knew ki lockdown hona hai. It was just a coincidence. Providence hai, Almighty hai, he knows better how it happened or why it happened. Mm-hmm. But it was just a coincidence, a divine coincidence ki assi ek mahina pehle unnu implement kar rahe si, te ek mahine baad jada hai lockdown announce kar ditta gaya. Mm-hmm. And till date, we have been managing on that platform only. Sare bacche, matlab, they have cleared their annual exams, they have appeared for exams, Ji. They have appeared for half yearly exams. Ji. Jo kuch normal school de vich chalda si, sara kuch as it is chal reha hai. रूबी जी, ये तो चलो मतलब आई एम ग्लैड सानू दस्या कि इन्नी औखी घड़ी दे विच भी किस तरह संस्था ने बच्चों नू मतलब उन्हां दा सहारा नहीं छड़िया, राइट, जिथे एजुकेशन दे इन्ना हैवी फोकस रहा उन्नू प्रोवाइड किया गया. यू नो, एंड यू हैड अदर चैलेंजेस टू, वंस अगैन स्टाफ सैलरीज, राइट, जो बच्चों की ट्यूशन रीएम्बर्स होंदी सी उन्हां तो तुसी किस तरह किस मूंह मंग सकदे कि ਹੁਣ ਤੁਸੀਂ ਟਿਊਸ਼ਨ ਦਿਵੋ, ਰਾਈਟ, ਇਹੋ ਜਿਹੀ ਚੀਜ਼ਾਂ ਐਜ ਅਪੋਜ਼ ਐਨ ਐਡੀਸ਼ਨ ਟੂ ਡੇਲੀ ਐਕਸਪੈਂਸਿਸ, ਲੋਨ ਖਰਚੇ, ਆਲ ਦਿਸ ਸਟੱਫ, ਰਾਈਟ. ਬਟ ਲੁਕਿੰਗ ਫੋਰਵਰਡ, ਆਈ ਵੁੱਡ ਲਵ ਫੋਰ ਯੂ ਰੂਬੀਜੀਤ, ਸਾਨੂੰ ਥੋੜ੍ਹਾ ਦੱਸੋ ਕਿ ਯੂ ਨੋ ਇਨ ਦ ਈਅਰ ਅਹੈਡ, ਕੋਵਿਡ ਹਲੇ ਵੀ ਪ੍ਰੋਬਲਮ ਹੈ, ਖਾਸ ਕਰਕੇ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਦ ਨੰਬਰਸ ਡੋਂਟ ਲੁੱਕ ਗੁੱਡ, ਈਵਨ ਟਿਲ ਟੂਡੇ ਸਾਨੂੰ ਖਬਰਾਂ ਕੁਛ ਇਹੋ ਜਿਹੀ ਸੁਣਨ ਨੂੰ ਮਿਲ ਰਹੀ, ਅਨਫੋਰਚੁਨੇਟਲੀ ਇਟਸ ਨਾਟ ਗੋਇੰਗ ਇਨ ਦ ਰਾਈਟ ਡਾਇਰੈਕਸ਼ਨ. ਵਟ ਚੈਲੇਂਜਸ ਡੂ ਯੂ ਐਕਸਪੈਕਟ ਆਉਣ ਵਾਲੇ ਸਮੇਂ ਦੇ ਵਿੱਚ ਦੈਟ ਸੰਸਥਾ ਨੂੰ ਝੇਲਣੇ ਪੈਣਗੇ? Ashmita ji, the biggest problem that we foresee is that we have a tentative numbers of 25 to 28% of parents who have slipped in their economic capabilities during the COVID days. Khaas karke jehde bande private jobs kar rahe san or dependent san on other companies or firms, wherever they were working, they have been badly affected. Ji, bilkul. So we being a social development organization, we cannot function like business schools or education shops. We cannot say ki tusi aj fees nahi de rahe ho te bachcha kat deyange, tusi fees nahi de rahe ho te assi fine laga dange. We have to deal with them very sensitively and with a very different manner. Ji. Assi koshish karke, I'm proud to say, we have managed to retain all the kids. Whosoever have paid fees or who have not been able to pay fees, those who have not been able to pay fees, we have taken them under the Educate to Save program, which is a complementary program by Akal Academies, jithe
ਅਸੀਂ ਉਹ ਬੱਚਿਆਂ ਨੂੰ ਫ੍ਰੀ ਟਿਊਸ਼ਨ ਔਰ ਐਜੂਕੇਸ਼ਨ ਦੀ ਫੀਸ ਅਸੀਂ ਉਹਨਾਂ ਕੋਲ ਕੁਝ ਵੀ ਨਹੀਂ ਲੈਂਦੇ ਜੀ। ਅਸੀਂ ਸਪਾਂਸਰਸ ਲੱਭਦੇ ਹਾਂ ਜਿੱਥੇ ਜੱਸੀ ਜੀ ਵਰਗੇ, ਹਰਪ੍ਰੀਤ ਜੀ ਵਰਗੇ ਔਰ ਲੱਖੋਂ ਐਸੇ ਬਲੈਸ ਸੋਲਸ ਅਗੇਨ ਆਲ ਅਕ੍ਰੋਸ ਦ ਵਰਲਡ ਹੂ ਸਪਾਂਸਰ ਦਿਸ ਚਿਲਡਰਨ ਐਂਡ ਇਟ ਇਜ਼ ਅ ਵੈਰੀ ਵੈਰੀ ਨੋਮੀਨਲ ਸਮ। ਮੁਕਤਾ ਜੀ ਵੀ ਤੁਹਾਨੂੰ ਦੱਸਣਗੇ ਇਟ ਇਜ਼ ਹਾਰਡਲੀ $50 ਅ ਮੰਥ ਬੇਸਿਸ ਵਿੱਚ। ਇਹਨਾਂ ਦੇ ਤੇ ਅਸੀਂ ਕਾਫੀ ਪੀ ਦਿੰਦੇ ਹਾਂ ਜੀ ਮਹੀਨੇ ਦੇ ਅੰਦਰ। ਬਿਲਕੁਲ ਬਿਲਕੁਲ, ਇੱਕ ਕੱਪ ਆਫ ਕਾਫੀ ਪਰ ਡੇ ਦੇ ਵਿੱਚ ਇੱਕ ਬੱਚਾ ਜਿਹੜਾ ਹੈ ਉਹ ਪੜ ਜਾਂਦਾ ਹੈਗਾ ਹੈ। pandemic has pushed 32 million Indians from middle class into poverty. 32 million families hun jithe oh middle class sige, self sustaining sige, oh hun impoverished hege, unna de bachyan da ki hoega, oh di gal ho rahi hai. Ithe ek hor choti ji break layi rukde haan. Panel sade naal judeya, tusi bhi jude raho, milde haan break to us baar. ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੋਏ ਹਾਂ। ਤੁਸੀਂ ਵੇਖ ਰਹੇ ਹੋ ਸਪੈਸ਼ਲ ਪ੍ਰੋਗਰਾਮ ਬੜੂ ਸਾਹਿਬ ਕਲਗੀਧਰ ਟਰੱਸਟ ਅਕਾਲ ਅਕੈਡਮੀ ਦੇ ਨਾਲ, ਕਿਸ ਤਰ੍ਹਾਂ ਉਹਨਾਂ ਦੇ ਇਨੀਸ਼ੀਏਟਿਵਸ ਪਲੇ ਆਊਟ ਹੋ ਰਹੇ, ਕੀ ਚੈਲੰਜਸ ਸੰਸਥਾ ਨੂੰ ਫੇਸ ਕਰਨੇ ਪੈ ਰਹੇ ਹੈ, ਉਹਨਾਂ ਦੇ ਟੀਮ ਮੈਂਬਰਸ, ਉਹਨਾਂ ਦੇ ਡੋਨਰ ਸਪੋਰਟਰ ਸਾਰਿਆਂ ਦੇ ਨਾਲ ਗੱਲ ਹੋ ਰਹੀ ਹੈ ਅਤੇ ਸਾਡਾ ਪੈਨਲ ਸਾਡੇ ਨਾਲ ਜੁੜਿਆ ਹੋਇਆ ਹੈ, ਤੁਸੀਂ ਵੀ ਸਾਡੇ ਨਾਲ ਜੁੜੋ। ਵੈਲਕਮ ਬੈਕ ਸਾਰਿਆਂ ਨੂੰ। ਰੂਬੀ ਜੀ, ਤੁਸੀਂ ਸਾਨੂੰ ਥੋੜ੍ਹਾ ਜਿਹਾ ਰੀਕੈਪ ਦਿੱਤਾ ਕਿ ਕਿਹੋ ਜਿਹੇ ਓਬਸਟੀਕਲਸ ਫੇਸ ਕਰਨੇ ਪਏ ਸੰਸਥਾ ਨੂੰ, ਬਟ ਕੰਮ ਨਹੀਂ ਰੁਕਿਆ। ਜਿੱਥੇ ਪੂਰੀ ਦੁਨੀਆ ਰੁਕ ਗਈ, ਇਸ ਸੰਸਥਾ ਨੇ ਆਪਣਾ ਜੋ ਮਿਸ਼ਨ ਹੈਗਾ ਉਹਨੂੰ ਨਹੀਂ ਛੱਡਿਆ, ਉਹਦੇ 'ਤੇ ਵਰਕ ਕਰਨਾ ਬਿਲਕੁਲ ਨਹੀਂ ਰੋਕਿਆ। ਸੋ ਉਹਦੀ ਤਾਂ ਆਪਾਂ ਦਾਤ ਦਿੰਦੇ ਹਾਂ। ਜੈਸੀ ਮਾਨ ਜੀ, ਹਰਪ੍ਰੀਤ ਸਿੰਘ ਜੀ, ਵੱਡੇ ਲੈਵਲ 'ਤੇ ਤੁਸੀਂ ਡੋਨਰਸ ਹੋ ਐਂਡ ਇਨੋਵੇਟਿਵ ਤਰੀਕੇ ਦੇ ਨਾਲ ਤੁਸੀਂ ਆਪਣੀ ਸਪੋਰਟ ਸੰਸਥਾ ਨੂੰ ਦੇ ਰਹੇ ਹੋ। ਭਾਵੇਂ ਜਿਸ ਤਰ੍ਹਾਂ ਜੈਸੀ ਜੀ, ਤੁਹਾਡੀ ਤਾਂ ਸਪੋਰਟ ਵੱਡੇ ਲੈਵਲ 'ਤੇ ਫਾਈਨੈਂਸ਼ਲੀ ਵੀ ਆਉਂਦੀ ਹੈ, ਬਟ ਸਟ੍ਰੈਟੇਜਿਕਲੀ ਯੂ ਆਫਰਡ ਯੂ ਨੋ ਆਲਵੇਜ਼ ਤੁਸੀਂ ਗਾਈਡੈਂਸ ਆਫਰ ਕਰਦੇ ਹੋ। ਹਰਪ੍ਰੀਤ ਸਿੰਘ ਜੀ, ਤੁਸੀਂ ਰੀਸੈਂਟਲੀ ਆਪਣੀ ਲੈਂਡ, ਆਪਣੀ ਜ਼ਮੀਨ ਜੋ ਇੰਡੀਆ ਪਈ ਹੋਈ ਸੀ, ਡੋਨੇਟ ਕੀਤੀ ਸੰਸਥਾ ਨੂੰ ਐਂਡ ਉਹਨਾਂ ਨੇ ਉਸ ਡੋਨੇਸ਼ਨ ਦੀ ਸੇਲ ਦੇ ਨਾਲ ਕਿੰਨਾ ਵੱਡਾ ਡੈਂਟ ਪਾਇਆ ਆਪਣੇ ਕਰਜ਼ੇ ਦੇ ਪੇ ਆਫ ਦੇ ਵਿੱਚ। ਆਈ ਥਿੰਕ ਰੂਬੀ ਜੀ, ਤੁਸੀਂ ਸਾਨੂੰ ਦੱਸ ਰਹੇ ਸੀ ਯੂ ਏਬਲ ਟੂ ਮੇਕ ਅਰਲੀ ਪੇਮੈਂਟਸ ਟੂਵਰਡਸ ਦ ਲੋਨ, ਵਿਚ ਇਜ਼ ਅ ਹਿਊਜ ਹਿਊਜ ਡੀਲ। ਇਟ ਮੇਕਸ ਯੂ ਲੁੱਕ ਗੁੱਡ ਵਿਦ ਦ ਬੈਂਕਸ। ਆਉਣ ਵਾਲੇ ਸਮੇਂ ਦੇ ਵਿੱਚ ਵਿੱਚ ਬੈਂਕਸ ਤੁਹਾਨੂੰ ਹੋਰ ਵਧੀਆ ਟ੍ਰੀਟਮੈਂਟ ਦਿੰਦੇ ਆ, ਲੋਨਸ ਦਿੰਦੇ ਆ, ਐਟਸੈਟਰਾ। ਮੁਕਤਾ ਜੀ, ਮੈਂ ਤੁਹਾਡੇ ਨਾਲ ਹੁਣ ਗੱਲ ਕਰਨਾ ਚਾਹਾਂ, ਬਿਕੋਜ਼ ਯੂ ਨੋ ਪ੍ਰੋਗਰਾਮ ਦੀ ਸਮਾਪਤੀ ਦਾ ਟਾਈਮ ਹੋ ਰਿਹਾ, ਯੂ ਨੋ ਵਰ ਰੈਪਿੰਗ ਅਪ, ਸੋ ਆਈ ਵਾਂਟ ਟੂ ਮੇਕ ਸ਼ੋਰ ਕਿ ਵਿਊਅਰਸ ਨੂੰ ਪਤਾ ਹੋਏ ਕਿੰਨਾ ਕੁ ਇੰਪੋਰਟੈਂਟ ਹੈ, ਨਾ ਕਿ ਸਿਰਫ ਉਹਨਾਂ ਦਾ ਇੱਕ ਇੱਕ ਡੋਲਰ, ਇੱਕ ਇੱਕ ਪੈਸਾ ਸਪੋਰਟ ਦੇ ਵਿੱਚ, ਬਟ ਅੱਜ ਦੀ ਡੇਟ ਦੇ ਵਿੱਚ ਜਿੱਥੇ ਪੂਰੀ ਦੁਨੀਆ ਦੀ ਅਟੈਨਸ਼ਨ ਕਿਸਾਨ ਮੋਰਚੇ 'ਤੇ ਲੱਗੀ ਹੋਈ ਹੈ। ਸਾਡੀ ਹਮੇਸ਼ਾ ਇਹਦੇ ਬਾਰੇ ਗੱਲ ਹੁੰਦੀ ਹੈ ਕਿ ਅੱਜ ਸਾਰੇ ਸੋਚ ਰਹੇ ਕੌਣ ਸਪੋਰਟ ਕਰਦਾ ਹੈ ਕਿਸਾਨਾਂ ਨੂੰ, ਕਿਸ ਤਰ੍ਹਾਂ ਸਪੋਰਟ ਕਰ ਰਿਹਾ ਹੈ। ਬੜੂ ਸਾਹਿਬ ਕਲਗੀਧਰ ਟਰੱਸਟ ਸੰਸਥਾ ਪੁਰਾਣੇ ਸਮੇਂ ਤੋਂ ਕਿਸਾਨਾਂ ਦੀ ਸਪੋਰਟ ਕਰ ਰਹੀ ਹੈ। ਮੁਕਤਾ ਜੀ, ਸਭ ਤੋਂ ਪਹਿਲੇ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ, ਜਿਨ੍ਹਾਂ ਨੂੰ ਨਹੀਂ ਪਤਾ ਕਿਸ ਤਰ੍ਹਾਂ ਕਿਸਾਨ ਮੁੱਦੇ ਨੂੰ ਲੈ ਕੇ ਇਹ ਸੰਸਥਾ ਕਿੰਨੇ ਸਾਲਾਂ ਤੋਂ ਕੰਮ ਕਰੀ ਹੈ, ਸਾਨੂੰ ਪਲੀਜ਼ ਥੋੜ੍ਹਾ ਦੱਸੋ। ਸਤਿ ਸ਼੍ਰੀ ਅਕਾਲ ਅਸ਼ਮਿਤਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੇ ਤਾਂ ਮੈਂ ਸਾਰੀਆਂ ਸੰਗਤਾਂ ਨਾਲ ਇਹ ਗੱਲ ਸ਼ੇਅਰ ਕਰਨਾ ਚਾਹਾਂਗੀ ਕਿ ਜਦੋਂ ਮੈਂ ਇੱਥੇ ਸੇਵਾ ਕਰਦੀ ਹਾਂ, ਤੇ ਥੈਂਕ ਯੂ ਰੂਬੀ ਵੀਰ ਜੀ ਦਾ ਕਿ ਉਹਨਾਂ ਦੀ ਪਿੱਛੋਂ ਇੰਨੀ ਲਾਈਕ ਗਾਈਡੈਂਸ ਹੁੰਦੀ ਹੈ, ਪਲੱਸ ਜਸੀਮਾਨ ਅੰਕਲ ਨਾਲ ਜਦੋਂ ਵੀ ਆਲਵੇਜ਼ ਜਦੋਂ ਵੀ ਗੱਲ ਹੁੰਦੀ ਹੈ ਇੰਨੇ ਸਾਰੇ ਸੁਜੈਸ਼ਨਸ ਹੁੰਦੇ ਨੇ, ਅਤੇ ਜਿਹੜੇ ਸਾਡੇ ਪਿੱਛੋਂ ਬੈਕਐਂਡ ਦੇ ਉੱਤੇ ਜਿਹੜਾ ਕਿ ਸਲਾਹ ਦੇਣੀ ਅਤੇ ਅੱਗੇ ਜਾ ਕੇ ਫਿਰ ਕੰਮ ਕਰਨਾ, ਕਿ ਇਹ ਬਹੁਤ ਵੱਡੀ ਗੱਲ ਹੈ, ਕਿਉਂਕਿ ਛੋਟੀ ਉਮਰ ਦੇ ਵਿੱਚ ਕਾਫੀ ਚੀਜ਼ਾਂ ਨਹੀਂ ਸਮਝ ਆਉਂਦੀਆਂ ਨੇ, ਕਰੀਏ ਨਾ ਕਰੀਏ, ਬਟ ਮੇਰੀ ਬੈਕਬੋਨ ਜਿਵੇਂ ਜਸੀਮਾਨ ਅੰਕਲ ਨੇ, ਰੂਬੀ ਵੀਰ ਜੀ ਨੇ, ਆਪਣੇ ਗੁਰਚਰਨ ਸਿੰਘ ਚੱਜ ਸਾਹਿਬ ਨੇ, ਗੁਰਚਰਨ ਸਿੰਘ ਬ੍ਰਿੰਗ ਸਾਡੇ ਜਿਹੜੇ ਸੇਵਾਦਾਰ ਨੇ ਪਿੱਛੇ, ਜਿਹੜੇ ਕਿ ਜਿਨ੍ਹਾਂ ਨੇ ਜ਼ਿੰਦਗੀ ਦੇਖੀ, ਤਜ਼ਰਬਾ ਦੇਖਿਆ, ਅਤੇ ਉਹ ਸਾਰੇ ਰਲ ਕੇ ਜਿਹੜਾ ਟਰੱਸਟ ਨੂੰ ਸਪੋਰਟ ਕਰ ਰਹੇ ਨੇ। ਹੁਣੇ ਰੂਬੀ ਵੀਰ ਜੀ ਨੇ ਗੱਲ ਕੀਤੀ ਸਪੋਂਸਰਿੰਗ ਚਾਈਲਡ, ਕਿ ਜਿਸ ਤਰ੍ਹਾਂ ਕੋਵਿਡ ਚੱਲ ਰਿਹਾ ਹੈ ਨਾ, ਉਸਦੇ ਬਾਵਜੂਦ ਜਿਵੇਂ ਕਿ ਇੱਕ ਬਜਟ ਖਤਮ ਹੋ ਜਾਂਦਾ ਆਰਗਨਾਈਜੇਸ਼ਨ ਦਾ, ਕਿ ਅਸੀਂ ਹਾਲੇ ਇਹਦੇ ਵਿੱਚ ਨਹੀਂ ਸਪੋਰਟ ਕਰ ਸਕਦੇ ਬੱਚਿਆਂ ਨੂੰ, ਕਿਉਂਕਿ ਅਸੀਂ ਆਲਰੇਡੀ ਡੈਪਟ ਵਿੱਚ ਹੈਗੇ ਹਾਂ। ਜਿਹੜੇ ਬੱਚੇ ਸਕੂਲਾਂ ਵਿੱਚ ਆ ਰਹੇ ਉਹਨਾਂ ਦੀ ਆਲਰੇਡੀ ਫੀਸਾਂ ਵੀ ਨਹੀਂ ਆ ਪਾ ਰਹੀਆਂ, ਸੈਲਰੀਜ਼ ਦੇ ਵਿੱਚ ਇੰਨਾ ਲਾਈਕ ਚੱਲ ਰਿਹਾ ਹੈਗਾ ਸਟਰਗਲ ਇਸ ਟਾਈਮ ਟੀਚਰਸ ਨੂੰ ਸੈਲਰੀਜ਼ ਦੇਣ ਦੇ ਵਿੱਚ, ਬਟ ਉਸਦੇ ਬਾਵਜੂਦ ਵੀ
ਜਦੋਂ ਵੀ ਕੋਈ ਵੀ ਸਪੈਸ਼ਲ ਕੇਸ ਸਾਡੇ ਕੋਲ ਆ ਰਹੇ ਨੇ ਮੈਨੂੰ ਦੱਸਦਿਆਂ ਹੋਏ ਬੜੀ ਖੁਸ਼ੀ ਹੋਏਗੀ ਕਿ ਅਸੀਂ ਕੋਵਿਡ ਦੇ ਦਰਮਿਆਨ ਵੀ ਜਿਹੜਾ ਨਵਾਂ ਬੈਚ ਸ਼ੁਰੂ ਹੋਇਆ ਇਸ ਸਾਲ ਦਾ 2021 ਦਾ ਅਰਾਊਂਡ 1800 ਤੋਂ 2000 ਬੱਚਾ ਫਿਰ ਵੀ ਜਿਹੜਾ ਕਿ ਅਸੀਂ ਇਸ ਪ੍ਰੋਗਰਾਮ ਦੇ ਸਪੋਂਸਰਿੰਗ ਚਾਈਲਡ ਦੇ ਵਿੱਚ ਜਿਹੜਾ ਕਿ ਕਲਗੀਧਰ ਟਰੱਸਟ ਨੇ ਐਡਮਿਸ਼ਨਸ ਦਿੱਤੀਆਂ ਨੇ ਤੁਸੀਂ ਮੰਨੋਗੇ ਕਿ ਮੇਰੇ ਕੋਲ ਨਾ 8 ਕੇਸ ਆਏ ਅਸ਼ਮਿਤਾ ਜੀ ਜਿਹੜੇ ਡਾਇਰੈਕਟ ਮੈਨੂੰ ਕਾਲ ਆਈ ਕਿ ਬੜੂ ਸਾਹਿਬ ਦੇ ਵਿੱਚ ਇੱਕ ਕੇਸ ਆਇਆ ਇੱਥੋਂ ਸ਼ਿਕਾਗੋ ਤੋਂ ਦਵਿੰਦਰ ਸਿੰਘ ਜੀ ਦਾ ਕਿ ਉਹਨਾਂ ਦੇ ਉੱਥੇ ਇੰਡੀਆ ਦਿੱਲੀ ਦੇ ਕੋਲ ਇੱਕ ਰੋਹਤਕ ਏਰੀਆ ਹੈਗਾ ਰੋਹਤਕ ਉੱਥੇ ਭਾਈ ਸਾਹਿਬ ਦੇ ਬੱਚਿਆਂ ਨੂੰ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਾਲਿਆਂ ਨੇ ਕੱਢਤਾ ਨਾ ਕਿ ਉਹ ਫੀਸਾਂ ਨਹੀਂ ਦੇ ਪਾ ਰਹੇ ਸੀ ਤੇ ਉਹ ਬੱਚਿਆਂ ਨੂੰ ਲਾਈਕ ਆਪਾਂ ਐਡਮਿਸ਼ਨ ਦੇਣਾ ਤੁਸੀਂ ਮੰਨੋਗੇ ਕਿ ਉਹ ਸਕੂਲ ਨਹੀਂ ਮੈਨੇਜ ਕਰ ਪਾ ਰਹੇ ਬੱਚੇ ਨਹੀਂ ਫੀਸਾਂ ਦੇ ਰਹੇ ਉਹਨਾਂ ਨੇ ਬੱਚਿਆਂ ਨੂੰ ਪੜ੍ਹਾਈ ਤੋਂ ਬਾਹਰ ਕੱਢਤਾ ਤੇ ਉਹ ਦੋਨੋਂ ਬੱਚੇ ਜਿਹੜੇ ਨੇ ਕਿ ਉਹ ਬੜੂ ਸਾਹਿਬ ਦੇ ਵਿੱਚ ਉਹਨਾਂ ਨੂੰ ਐਡਮਿਸ਼ਨ ਦਿੱਤਾ ਗਿਆ ਉਸ ਤੋਂ ਬਾਅਦ ਸਾਡੇ ਵਰਜੀਨੀਆ ਦੇ ਵਿੱਚ ਮੁਖਤਿਆਰ ਸਿੰਘ ਜੀ ਹੈਗੇ ਨੇ ਉਹਨਾਂ ਦਾ ਕਾਲ ਆਇਆ ਕਿ ਪਿੰਡ ਦੇ ਵਿੱਚ ਇੱਕ ਬੜਾ ਬੜਾ ਇੱਕ ਕੇਸ ਹੈਗਾ ਲਾਈਕ ਕਿ ਦੁੱਖ ਵਾਲਾ ਕਿ ਦੋ ਬੱਚੇ ਨੇ ਫਾਦਰ ਉਹਨਾਂ ਦੇ ਪ੍ਰਿਜ਼ਨ 'ਚ ਹੈਗੇ ਨੇ ਮਦਰ ਦੀ ਡੈਥ ਹੋ ਗਈ ਹੈ ਤੇ ਦਾਦਾ ਦਾਦੀ ਨੇ ਦਾਦੀ ਪੂਰੀ ਹੋ ਗਈ ਹੈ ਤੇ ਦਾਦਾ ਕਾਫੀ ਬਜ਼ੁਰਗ ਹੈਗੇ ਨੇ ਕਿ ਬਾਬਾ ਜੀ ਜਿਹੜੇ ਕਹਿੰਦੇ 80-85 ਸਾਲ ਦੇ ਨੇ ਤੇ ਉਹ ਦੋਨੋਂ ਬੱਚੇ ਹੁਣ ਚਾਚਾ ਨਹੀਂ ਟੇਕ ਕੇਅਰ ਕਰ ਪਾ ਰਿਹਾ ਕਿਉਂਕਿ ਉਹਦੇ ਆਪਣੇ 4 ਬੱਚੇ ਹੈਗੇ ਨੇ ਤੇ ਘਰ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਹੋਈ ਪਈ ਬੱਚੇ ਰੁੱਲੇ ਪਏ ਨੇ ਹਨਾ ਤੇ ਤੁਸੀਂ ਮੰਨੋਗੇ ਤੇ ਉਹਨਾਂ ਨੇ ਮੁਖਤਿਆਰ ਜੀ ਨੇ ਕਿਹਾ ਕਿ ਪਿੰਡ ਵਾਲੇ ਇੱਕ ਦੋ ਜਣੇ ਕਹਿ ਰਹੇ ਕਿ ਅਸੀਂ ਮਿਲ ਕੇ ਫੀਸ ਦੇ ਦਾਂਗੇ ਤੇ ਅਸੀਂ ਬੱਚੇ ਬੜੂ ਸਾਹਿਬ ਅਗਰ ਬੜੂ ਸਾਹਿਬ ਸਾਂਭ ਲਵੇ ਉਹ ਬੱਚੇ ਤੇ ਤੁਸੀਂ ਮੰਨੋਗੇ ਮੈਂ ਡਾਕਟਰ ਦਵਿੰਦਰ ਵੀਰ ਜੀ ਨੂੰ ਫੋਨ ਕੀਤਾ ਤੇ ਵੀਰ ਜੀ 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 ਮੁਕਤਾ ਜੀ ਮੈਨੂੰ ਲੱਗਦਾ ਤੁਹਾਡੀ ਕਿੰਨੇ ਜਿੱਦਾਂ ਕਹਿੰਦੇ ਨਾ ਲਾਈਕ ਸਟੋਰੀ ਇੰਨੀ ਇੰਟਰਸਟਿੰਗ ਹੋ ਰਹੀ ਸੀ ਤੁਹਾਡੀ ਫੀਡ ਫਰੀਜ਼ ਹੋ ਗਈ ਹੈ ਮੁਕਤਾ ਜੀ ਜਦੋਂ ਤੱਕ ਵਾਪਸ ਨਹੀਂ ਸਾਡੇ ਨਾਲ ਜੁੜਦੇ ਰੂਬੀ ਜੀ ਮੈਂ ਤੁਹਾਡੇ ਨਾਲ ਇਹੀ ਪੁੱਛਣਾ ਚਾਹਾਂਗੀ ਕਿ ਯੂ ਨੋ ਅੱਜ ਦੀ ਡੇਟ ਦੇ ਵਿੱਚ ਜਿੱਥੇ ਤੁਹਾਡੇ ਪਿਛਲੇ ਸਾਲ ਦੇ ਵਿੱਚ ਵੀ ਕਿੰਨੇ ਵੱਡੇ ਵੱਡੇ ਚੈਲੇਂਜਸ ਰਹੇ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਐਂਟੀਸਪੇਟ ਕਰ ਸਕਦੇ ਕਿਸ ਤਰ੍ਹਾਂ ਦੇ ਚੈਲੇਂਜਸ ਅੱਗੇ ਆਉਣਗੇ ਜਿੱਥੇ ਲੌਂਗ ਟਰਮ ਡੈਵਸਟੇਸ਼ਨ ਇਕਨੋਮਿਕ ਫਾਈਨੈਂਸ਼ੀਅਲ ਲੋਕਾਂ ਨੂੰ ਝੇਲਣੀ ਪੈ ਰਹੀ ਹੈ ਉਹਦੇ ਕਰਕੇ ਰੂਬੀ ਜੀ ਕੀ ਤੁਸੀਂ ਲੋਕਾਂ ਨੂੰ ਦੱਸਣਾ ਚਾਹੋਗੇ ਕਿ ਕਿਸ ਤਰ੍ਹਾਂ ਉਹ ਤੁਹਾਨੂੰ ਸਪੋਰਟ ਕਰਨ ਸੰਸਥਾ ਨੂੰ ਸਪੋਰਟ ਕਰਨ ਜੋ ਕੰਮ ਗਰਾਊਂਡ 'ਤੇ ਹੋ ਰਿਹਾ ਉਹਨੂੰ ਸਪੋਰਟ ਕਰਨ ਰੂਬੀ ਜੀ ਪਲੀਜ਼ ਸਾਡੇ ਨਾਲ ਸ਼ੇਅਰ ਕਰੋ ਇਹ ਜਾਣਕਾਰੀ ਵੈਰੀ ਸਿੰਪਲ ਵਰਡਸ ਮੈਂ ਇੱਕ ਚੀਜ਼ ਜ਼ਰੂਰ ਕਹਿਣਾ ਚਾਹਾਂਗਾ ਵੀ ਆਲਵੇਜ਼ ਕਾਊਂਟ ਅਵਰ ਬਲੈਸਿੰਗਸ ਬਾਈ ਦ ਨੰਬਰ ਆਫ ਲਾਈਵਜ਼ ਵੀ ਟੱਚ ਜੀ ਇਟਸ ਅ ਪ੍ਰੋਫਾਊਂਡ ਸਟੇਟਮੈਂਟ ਐਂਡ ਦਿਸ ਇਜ਼ ਵਾਟ ਆਈ ਹੈਵ ਲਰਨਡ ਫਰੋਮ ਬਾਬਾ ਜੀ ਕਿ ਅਗਰ ਤੁਸੀਂ ਆਪਣੀ ਬਲੈਸਿੰਗਸ ਕਾਊਂਟ ਕਰਨੀਆਂ ਨੇ ਤੇ ਤੁਸੀਂ ਕਿੰਨੇ ਨੰਬਰ ਆਫ ਲਾਈਵਜ਼ ਟੱਚ ਕਰ ਪਾਏ ਹੋ ਔਰ ਉਹਨਾਂ ਨੂੰ ਕੁਛ ਚੰਗਾ ਕਰ ਪਾਏ ਹੋ ਉਹਨਾਂ ਵਾਸਤੇ ਜਾਂ ਉਹਨਾਂ ਵਾਸਤੇ ਕੁਛ ਅੱਛਾ ਕਰ ਪਾਏ ਹੋ ਉਹ ਤੁਸੀਂ ਕਾਊਂਟ ਕਰੋ ਐਂਡ ਆਈ ਬਿਲੀਵ ਇਟ ਇਜ਼ ਵੈਰੀ ਆਫਨ ਆਈ ਹੈਵ ਸੀਨ ਦਿਸ ਵੀ ਕਮ ਅਕਰੋਸ ਬਲੈਸ ਸੋਲਸ ਲਾਈਕ ਵੈਰੀ ਜਨਰਸ ਐਂਡ ਫਿਲੋਥਰੋਪਿਕ ਸੋਲਸ ਲਾਈਕ ਜਸੀਮਾਨ ਜੀ ਹਰਪ੍ਰੀਤ ਸਿੰਘ ਪੱਟਲ ਜੀ ਮੁਕਤਾ ਭੈਣ ਜੀ ਕਈਆਂ ਦਾ ਨਾਂ ਲੈ ਰਹੇ ਸਨ ਇਟਸ ਅ ਲੌਂਗ ਲੌਂਗ ਲਿਸਟ ਵੀ ਵੁੱਡ ਰੀਅਲੀ ਲਵ ਟੂ ਬ੍ਰਿੰਗ ਦੋਜ਼ ਪੀਪਲ ਔਨ ਕੈਮਰਾ ਇਨ ਫਰੰਟ ਆਫ ਯੂ ਲੈਟ ਦ ਪੀਪਲ ਨੋ ਕਿ ਕਿਸ ਤਰ੍ਹਾਂ ਇੰਡੀਵਿਜੁਅਲਸ ਦੀਸ ਆਰ ਆਲ ਇੰਡੀਵਿਜੁਅਲਸ they are not multinational companies or they are not very big billionaires right so they are not trusts they are not large organizations or charities they are individuals they are everybody is an individual and all these individuals come forward aur sanu nahi pata kis tarah sanu jassi maan ji ne inspire kita kisi worldwide people are shedding flab and they are leaving their weight because organizations have to be very nimble footed interest cost is eating up into the profits are dwindling and apni belta kas lo eh sanu samjhana shuru karde si ab to 2 saal pehle 3 saal pehle di gall hai ji and nobody knew that covid would come and I am telling you with lot of authority here ki I have very close links with the bank I deal with the finance and we often come to know these figures from the banks that roughly 1/3 of the
cases in India, commercial bank loans are turning into NPAs, which are non-paying accounts. Wow. They are not able to service interest. They are not able to pay their EMIs, university can then equated monthly installments. Installments nahi de paande, interest nahi de paande. I am a commercial company. Individuals, chalo, we don't know the figures. Commercial company, de andar, we are fortunate that we have not taken that brunt. Sanu hamesha guidance or mentorship, Jassi ji vargiyan to mildi rahi hai, aur batheri sade kol, asra jigasu souls again jide ki hamesha they come forward, dard lag ke sanu samjhande rahe bhai, this is what you have to do as per the future. ਇਹਨਾਂ ਨੇ ਬਹੁਤ ਟਾਈਮਲੀ ਸਾਨੂੰ ਇਹ ਗੱਲ ਅੱਜ ਤੋਂ 3 ਸਾਲ ਪਹਿਲੇ ਵੀ ਇਹਨਾਂ ਨੇ ਵੱਡੀ ਡੋਨੇਸ਼ਨ ਦਿੱਤੀ ਐਂਡ ਹੀ ਇਨਸਿਸਟਡ ਯੂ ਪਲੀਜ਼ ਪ੍ਰੀਪੇ ਟੂ ਦ ਬੈਂਕ ਐਂਡ ਸੈਂਡ ਮੀ ਅ ਸਰਟੀਫਿਕੇਟ ਐਂਡ ਥੀਸ ਵਰ ਹਿਸ ਵਰਡਸ ਦੈਨ ਇਟ ਬਿਕੇਮ ਓਵਰ ਰਿਸਪੋਨਸਿਬਿਲਿਟੀ ਵੀ ਪੇਡ ਇਟ ਟੂ ਦ ਬੈਂਕ ਐਂਡ ਪ੍ਰੀਪੇਡ ਇਟ ਐਂਡ ਗੋਟ ਦ ਸਰਟੀਫਿਕੇਟ ਐਂਡ ਸੈਂਡ ਇਟ ਟੂ ਜੱਸੀ ਜੀ ਸੋ ਥਿਸ ਇਜ਼ ਦ ਸੈਕੰਡ ਟਾਈਮ ਦੈਟ ਥਿਸ ਬਿਗ ਆਈ ਵੁੱਡ ਸੇ ਅ ਬਿਗ ਡੋਨੇਸ਼ਨ ਆਫ ਰੁਪੀਸ 5 ਕਰੋੜਸ ਹੈਸ ਹੈਪਨਡ ਵਿਚ ਇਜ਼ why yesterday we successfully managed to prepay 5 crores to the bank. Absolutely. And ehi hamesha is tarah milde rehnde ji ehi screen ate tonu hune jo slide upar dikha rahe si ehi karke dikha rahe si ke ek donation de naal kinna vadda dent paya is karje te is sanstha de jo bojh paya hoya hai jo unna ne bojh chakya si ਪੰਜਾਬ ਨੂੰ ਅਪਲਿਫਟ ਕਰਨ ਲਈ ਬੱਚਿਆਂ ਨੂੰ ਪੜ੍ਹਾਉਣ ਲਈ ਵੱਖ ਵੱਖ ਇਨੀਸ਼ੀਟਿਵਸ ਨੂੰ ਲੈ ਕੇ ਆਉਣ ਲਈ ਉਸ ਕਰਜ਼ੇ 'ਤੇ ਕਿੰਨਾ ਵੱਡਾ ਡੈਂਟ ਪਿਆ ਸੋ ਸਮਾਂ ਸਾਨੂੰ ਇੱਥੇ ਜ਼ਿਆਦਾ ਇਜਾਜ਼ਤ ਨਹੀਂ ਦਿੰਦਾ ਬਟ ਹਰਪ੍ਰੀਤ ਜੀ ਮੈਂ ਤੁਹਾਡੇ ਨਾਲ ਕਲੋਜ਼ ਕਰਨਾ ਚਾਹਾਂ ਬਿਕੋਜ਼ ਤੁਸੀਂ ਇਹ ਡੋਨੇਸ਼ਨ ਦਿੱਤੀ ਜੈਸੀ ਮਾਨ ਜੀ ਜੋ ਤੁਹਾਡੇ ਅੰਕਲ ਹਨ ਸਾਡੇ ਸਾਰਿਆਂ ਦੇ ਅੰਕਲ ਹਨ ਟੀ ਵੀ 'ਤੇ ਮੈਂ ਕਹਿ ਤਾਂ ਨਹੀਂ ਸਕਦੀ ਮੁਕਤਾ ਜੀ ਤਾਂ ਹਮੇਸ਼ਾ ਇਹਨਾਂ ਨੂੰ ਜੈਸੀ ਮਾਨ ਅੰਕਲ ਕਹਿੰਦੇ ਹੈ ਬਟ ਤੁਹਾਡੇ ਐਕਚੁਅਲ ਦੇ ਅੰਕਲ ਹਨ ਇਹਨਾਂ ਨੇ ਤੁਹਾਨੂੰ ਇਨਕਰੇਜ ਕੀਤਾ ਆਪਣੀ ਲੈਂਡ ਨੂੰ ਡੋਨੇਟ ਕਰਨ ਲਈ ਤੁਸੀਂ ਉਹਨੂੰ ਆਫਲੋਡ ਕਰਤਾ ਇਨ ਅ ਵੈਰੀ ਕਨਵੀਨੀਅੰਟ ਵੇ ਤੁਸੀਂ ਸਾਡੇ ਵਿਊਅਰਸ ਨੂੰ ਕੀ ਅਪੀਲ ਕਰਨਾ ਚਾਹੋਗੇ ਕਿ ਉਹ ਵੀ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਸਪੋਰਟ ਇਸ ਸੰਸਥਾ ਵਿੱਚ ਪਾਉਣ ਹਰਪ੍ਰੀਤ ਜੀ ਕਿਉਂਕਿ ਇਹ ਕਿਉਂਕਿ ਪ੍ਰੋਸੈਸ ਹੀ ਇਹ ਬੜਾ ਇੰਨਾ ਈਜ਼ੀ ਆ ਤੋ ਵਿਊਅਰਸ ਨੂੰ ਮੈਂ ਇਹੀ ਕਹੂੰਗਾ ਵੀ ਗਾਹਾਂ ਅੱਗੋਂ ਤੋਂ ਹੇ ਤੱਕ ਦਾ ਸਰਕਮਸਟਾਂਸਸ ਥੋੜੇ ਠੀਕ ਸੀ ਗਾਹਾਂ ਇਦੋਂ ਵੀ ਟਫ ਹੋਈ ਜੀ ਇਹ ਮੋਦੀ ਗਵਰਨਮੈਂਟ ਜੋ ਵੀ ਕੁਝ ਕਰ ਰਹੀ ਹੈ ਕਿਉਂਕਿ ਪਹਿਲੀ ਗੱਲ ਤਾਂ ਉੱਥੇ ਕਿਸੇ ਨੇ ਕੁਛ ਵੇਚਣਾ ਹੋਵੇ ਕਸਟਮਰ ਹੀ ਨਹੀਂ ਲੱਭਣੇ ਜੀ ਕੋਈ ਲੱਭ ਵੀ ਜਾਊਗਾ ਉੱਥੋਂ ਜੇ ਪੈਸਾ ਲੈਣਾ ਵੀ ਕੋਈ ਸੌਖੀ ਗੱਲ ਨਹੀਂ ਹੈ ਬਹੁਤ ਮੁਸ਼ਕਲ ਆ ਜੀ ਇਹ ਲਾਜ ਇੰਪਲੀਮੈਂਟ ਕਰ ਰਹੀ ਹੈ ਗਵਰਨਮੈਂਟ ਇਸ ਸਿਸਟਮ ਵੀ ਆਲਮੋਸਟ ਇੰਪੋਸੀਬਲ ਤੇ ਮੇਰੇ ਲਈ ਤਾਂ ਉਹ ਮੇਰਾ ਤਾਂ ਠੀਕ ਸੀਗਾ ਮੈਂ ਕਿਉਂਕਿ ਮੈਨੂੰ ਇਹ ਮਾਮਾ ਜੀ ਨੇ ਆਈਡੀਆ ਦਿੱਤਾ ਸੀ ਵੀ ਹੀ ਯੂਜ਼ ਟੂ ਇਨਕਰੇਜ ਮੀ ਟੂ ਡੋਨੇਟ ਟੂ ਗੁਰੂ ਸਾਹਿਬ ਐਂਡ ਯੂ ਨੋ ਦਿਸ ਇਜ਼ ਦੀ ਆਈਡੀਆ ਹੀ ਕੇਮ ਅਪ ਵਿਦ ਇਟ ਆਈ ਮੀਨ ਆਈ ਵਾਂਟਡ ਟੂ ਆਈ ਹੈਡ ਅ ਡਿਜ਼ਾਇਰ ਐਂਡ ਦੈਨ ਹੀ ਸੁਜੈਸਟਡ ਯੂ ਨੋ ਵਾਈ ਡੋਨਟ ਯੂ ਡੋਨੇਟ ਦੀ ਪਲਾਟ ਜੀ ਐਂਡ ਇਟ ਵਾਸ ਲਾਈਕ ਲਾਈਟ ਬਲਬ ਗੋਇੰਗ ਆਫ ਯਾ ਇਟਸ ਯੂ ਨੋ ਇਟ ਵਾਸ ਸੋ ਸਿੰਪਲ ਐਂਡ ਈਜ਼ੀ ਐਂਡ I just want people to be aware of this, that they can donate, if they can donate hard cash, they can easily donate their properties. Ji, bilkul, absolutely. Matlab support karan da ethe intention honi chahidi hai, support ta vak vak tarike naal kiti ja sakdi hai. Once again, main sare panel nu thank you kar diyan, appreciate kar diyan, tusi sade naal time kad ke jude te, inni important gal te, sade viewers nu jankari provide kiti. Ek bari fir Dallas, Texas to Jesse Mann ji, tech entrepreneur, businessman, huge supporter, donor, ਬੜੂ ਸਾਹਿਬ ਕਲਗੀਧਰ ਟਰੱਸਟ ਸੰਸਥਾ ਦੇ ਜੋ ਨਾ ਕਿ ਸਿਰਫ ਫਾਈਨੈਂਸ਼ਲੀ ਬਟ ਸਟ੍ਰੈਟੇਜਿਕਲੀ ਆਪਣੇ ਆਈਡੀਆਜ਼ ਦੇ ਨਾਲ ਵੀ ਸਪੋਰਟ ਕਰਦੇ ਹੈ ਸੰਸਥਾ ਨੂੰ ਆਫਕੋਰਸ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਰੀਸੈਂਟਲੀ ਆਪਣੀ ਲੈਂਡ ਡੋਨੇਟ ਕੀਤੀ ਜਿਹਦੇ ਨਾਲ ਕਿੰਨਾ ਵੱਡਾ ਲੋਨ ਦਾ ਅਰਲੀ ਰੀਪੇਮੈਂਟ ਹੋ ਪਾਈ ਇਨ ਦ ਮਿਲੀਅਨਸ ਆਫ ਡਾਲਰਸ ਸੋ ਵੀ ਐਕਚੁਅਲੀ 5 crore ਦੀ ਐਕਚੁਅਲੀ ਰੀਪੇਮੈਂਟ ਹੋਈ ਰਵਿੰਦਰ ਪਾਲ ਕੋਹਲੀ ਜੀ ਰੂਬੀ ਜੀ ਤੁਸੀਂ ਸਾਨੂੰ ਫੈਕਟਸ ਦੱਸੇ ਨੰਬਰਸ ਦੱਸੇ ਅਤੇ ਕੀ ਕੁਛ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਐਕਸਪੈਕਟ ਕਰ ਸਕਦੇ ਹਾਂ ਥੈਂਕ ਯੂ ਅਗੈਨ ਤੁਸੀਂ ਇੰਡੀਆ ਤੋਂ ਸਾਡੇ ਨਾਲ ਜੁੜੇ ਐਂਡ ਆਫਕੋਰਸ ਰਵੀਦੀਪ ਕੌਰ ਮੁਕਤਾ ਜੀ ਡੈਲਸ ਟੈਕਸਿਸ ਤੋਂ ਤੁਸੀਂ ਬਹੁਤ ਇੱਕ ਇੰਪੋਰਟੈਂਟ ਅਪੀਲ ਸਾਰਿਆਂ ਦੇ ਅੱਗੇ ਰੱਖੀ ਕਿ ਕਿਸ ਤਰ੍ਹਾਂ ਯੂ ਨੋ ਹਰ ਇੱਕ ਨੂੰ ਸਪੋਰਟ ਕਰਨੀ ਚਾਹੀਦੀ ਹੈ ਇਸ ਕੰਮ ਦੀ ਜਿੱਥੇ ਸਾਰਿਆਂ ਨੂੰ ਆਪਣੇ ਬੱਚਿਆਂ ਦੀ ਤਾਂ ਹਮੇਸ਼ਾ ਫਿਕਰ ਹੁੰਦੀ ਹੈ ਉਹਨਾਂ ਦੇ ਬੱਚਿਆਂ ਬਾਰੇ ਵੀ ਸੋਚੋ ਜਿਨ੍ਹਾਂ ਦਾ ਕੋਈ ਨਹੀਂ ਸੋਚਦਾ ਜਿਸ ਤਰ੍ਹਾਂ ਇਹ ਸੰਸਥਾ ਉਹਨਾਂ ਨੂੰ ਸਾਂਭ ਰਹੀ ਹੈ ਸਾਨੂੰ ਸਾਰਿਆਂ ਨੂੰ ਇਨਵੋਲਵ ਹੋਣਾ ਚਾਹੀਦਾ ਥੈਂਕ ਯੂ ਆਲ ਫੋਰ ਯੋਰ ਟਾਈਮ ਸਕਰੀਨ 'ਤੇ ਹੇਠ ਲਿਖੇ ਕੰਟੈਕਟ ਇਨਫੋਰਮੇਸ਼ਨ
इनफॉर्मेशन ते जरूर व्यूअर्स तुसी संपर्क कर सकते हो मुक्ता जी दे नाल, अगर तुसी इनवॉल्व होना चाहते हो, डोनेट करना चाहते हो, जानकारी पाना चाहते हो, इनफॉर्मेशन स्क्रीन ते लिखी हुई है। इत्थे मैं सारे अपने पैनलिस्ट नूं कहिंदी हां थैंक यू अगेन फॉर जॉइनिंग अस। वाहिगुरू जी का खालसा, वाहिगुरू जी की फतेह। तो व्यूअर्स, अगर तुम साढ़े लिए कोई क्वेश्चन कॉमेंट्स कंसर्न इस प्रोग्राम में लैके रखना चाहते हो जरूर सू लिख सकते हो info@justbroadcasting.com, ashmita@justbroadcasting.com, मुक्ता जी की इनफॉर्मेशन स्क्रीन पर लिखी हुई है, जरूर तुम उन्होंने कॉन्टैक्ट करो। हूँ सानू दो इजाजत, सत श्री अकाल।